ਜੇ ਯਾਦਾ ਸੁਰਖਪੁਰ ਕਬੱਡੀ ਖਿਡਾਰੀ ਨਾ ਹੁੰਦਾ ਔਰ ਫਿਰ ਕੀ ਹੋਣਾ ਸੀਗਾ ਜੇ ਮੈਂ ਸੁਰਖਪੁਰ ਚ ਜਨਮ ਨਾ ਲੈਂਦਾ ਫੇਰ ਪਾਪਾਂ ਨੇ ਮੈਂ ਕਿਤੇ ਨਾ ਕਿਤੇ ਦਿਹਾੜੀ ਕਰਦਾ ਹੁੰਦਾ ਯਾਦਾ ਤੇ ਯੁੱਧਾ ਦੋਵਾਂ ਦੇ ਵਿੱਚ ਕੋਈ ਭਰਾ ਨੇ ਕੋਈ ਪਿੰਡ ਦੀ ਸਿਕਰੀ ਹੈ ਇਹਦੇ ਬਾਰੇ ਸਭ ਤੋਂ ਪਹਿਲਾਂ ਦੱਸ ਦਿਓ ਇੱਕ ਮਾਂ ਦੇ ਜੰਮੇ ਨਿਗੇ ਪਰ ਇੱਕ ਵੱਧ ਕੇ ਜਿੱਦ ਨਾ ਸਕਿਆ ਭਰਾਵਾਂ ਨਾਲ ਵੱਧ ਕੇ ਅਸੀਂ। ਉਹ ਤੇਜ਼ ਬੰਦਿਆਂ ਨੂੰ ਫੜਨ ਨੂੰ ਇਹਨੂੰ ਰੱਖਿਆ ਵਾ। ਵੀ ਆਪ ਜਾ ਕੇ ਲੱਕ ਫੜਨਾ। ਅੱਛਾ। ਇਹ ਭਾਰੇ ਪੂਰੇ ਦਾਪਾ ਮਾੜਾ ਮੋਟਾ ਯੂਰ ਯੂਰ ਕਰ ਲਈਦਾ। ਤੇ ਛੋਟਾ ਗੁਰੂ ਕੌਣ ਹੈ? ਭਰਾ ਲਈ ਦੇਖ ਦੇਖ ਲੱਗੇ ਹਨ। ਹਾਂਜੀ। ਐਂ ਨਹੀਂ ਬੋਲਣਾ ਭਾਜੀ ਆਪਾਂ ਕੈਮਰੇ ਮੂਰੇ ਬੋਲ ਨਹੀਂ ਹੁੰਦਾ। ਇਹ ਦਾ ਚਾਸਕਾ ਹੀ ਹੈ ਇਹ ਦਾ ਜਿੰਨਾ ਚੜ ਹਾਂਜੀ ਕਬੱਡੀ ਦਾ ਜਿਹਨੂੰ ਸ਼ੌਂਕ ਪੈ ਗਿਆ ਬੱਸ ਉਹ ਤਾਂ ਫੇ ਹਾਂਜੀ ਜਿੰਨਾ ਚੜ ਮਰਨ ਤਾਈ ਨਾਲ ਹੀ ਜਾਂਦਾ ਯਾਦ ਵੀ ਤੁਸੀਂ ਥੋੜਾ ਸੀਰੀਅਸ ਰਹਿੰਦੇ ਹੋ ਸੀਰੀਅਸ ਜੇ ਦੇਖਦੇ ਹਾਂ ਇਹ ਥੋੜਾ ਜਿਆ ਇਹਨਾਂ ਦਾ ਫੇਸ ਜਿਹੜਾ ਹੈ ਇਹ ਸਮਾਈਲ ਇਹ ਵੀ ਹੁਣ ਆਪੇ ਅੱਜ ਦਾ ਇਹ ਵੀ ਸਾਨੂੰ ਸੀਰੀਅਸ ਦੇ ਗਿਆ ਕਰੂਗਾ ਅੱਜ ਦਾ ਹੁਣ ਇੱਥੇ ਆ ਹੁਣ ਸੀਰੀਅਸ ਇਨੇ ਹੋਇਆ ਕਹਿੰਦਾ ਮੈਂ ਹੁਣ ਹੱਸਦਾਰਿਆ ਕਰਨਾ ਵਾ ਇਹ ਕੀ ਗੱਲ ਸਾਰੀਆਂ ਟੈਨਸ਼ਨ ਇਹਨੂੰ ਦਿੱਤੀਆਂ ਨਾ ਹੌਣ ਬਹੁਤ ਜ਼ਿਆਦਾ ਆਉਂਦੇ ਇਹਨਾਂ ਨੂੰ ਸਰਕਲ ਵਿੱਚ ਲਾਦਾ ਇਹਨਾਂ ਦਾ ਜ਼ਿਆਦਾ ਵੱਡਾ ਤੁਹਾਡੇ ਨਾਲ ਇਹਦਾ ਹੁਣ ਸਰਕਲ ਇਹਨੂੰ ਜ਼ਿੰਮੇਵਾਰੀਆਂ ਨੇ ਐਡ ਕੀਤੀ ਹੁਣ ਜਦੋਂ ਅਸੀਂ ਬਾਹਰੋਂ ਆਏ ਆ ਇਹ ਵੀ ਉਤਨੀ ਕਰ ਰਹੇ ਕਿ ਦੇਰ ਇਸ਼ਕੁਸ਼ਕ ਫੈ ਤੁਹਾਨੂੰ ਨਾ ਇਸਵਾਲ ਤਾਂ ਪੁੱਛ ਲੀਏ ਤੁਹਾਨੂੰ ਕਿ ਨਾ ਨਾ ਇਸ਼ਕੇ ਤੇ ਕਬੱਡੀ ਨਹੀਂ ਆਈਆਂ ਸਹੀ ਆਪਣਾ ਸ਼ੁਰੂ ਤੋਂ ਤੇ ਲੱਗੇ ਹੋਏ ਨੇ ਕਿਨੇ ਕਿਨੇ ਟਾਈਮ ਨਹੀਂ ਮਿਲਿਆ ਇਹਨਾਂ ਇਸ਼ਕੁਸ਼ਕਾਂ ਦਾ ਫੋਰਸ ਕਰਕੇ ਵਿਆਹ ਕਰਿਆ ਕਿ ਆਪੇ ਕਿਹਾ ਸੀ ਵੀ ਹੁਣ ਮੇਰਾ ਵਿਆਹ ਕਰ ਦੋ ਨੇ ਨਹੀਂ ਆਪੇ ਬਸ ਹੋ ਗਿਆ ਇੱਥੇ ਹੀ ਹਾਂਜੀ ਇੱਥੇ ਵੀ ਇਹਨਾਂ ਦੀ ਚੱਲੀ ਸੀ ਬਈ ਯਾਦ ਹੈ ਉਹਨਾਂ ਦੀ ਕਿ ਨਹੀਂ ਬਈ ਯੋਧਿਆ ਤੂੰ ਹੱਥੋਂ ਨਿਕਲਦਾ ਜਾ ਰਿਹਾ ਤੈਨੂੰ ਹੁਣ ਬੰਦ ਦੇਣਾ ਸੀ ਕੇਰਾਵਲਪਾ ਵਾਲੇਦੋਲੇ ਤੇ ਦੋਹਾਂ ਭਰਾਵਾਂ ਦੇ ਵਿੱਚ ਪਾੜ ਪਾਉਣ ਦੀ ਹੋਈ ਕੋਸ਼ਿਸ਼ ਕਰ ਬਹੁਤ ਬਹੁਤ ਹੁਣ ਤੱਕ ਚੱਲੀ ਜਾਂਦੀ ਬੜਿਆ ਸਾਲਾਂ ਤੋਂ ਚੱਲਦੀ ਆਉਂਦੀ ਆ ਉਹ ਤੇ ਜੇ ਅਸੀਂ ਇੱਕ ਪਰਿਵਾਰ ਜਿਹੜਾ ਘਰ ਚੋਂ ਨਾ ਹੋ ਗਿਆ ਤਾਂ ਹੁਣ ਮਾਦੇ ਬੜਿਆ ਚਿਰ ਦਾ ਸਾਨੂੰ ਵੱਖਰੇ ਵੱਖਰੇ ਕਰ ਦਿੱਤਾ ਹੋਣਾ ਸੀ ਹਜੇ ਤੱਕ ਚੱਲੀ ਜਾਂਦੀਆਂ ਪਾਲਸੀਆਂ ਬਹੁਤ ਇਹਦੇ ਕੋਈ ਕੋਜ ਆ ਕਿ ਪ੍ਰੋਮੋਟਰੇ ਨਾ ਹਟੇ ਤਾਂ ਮੈਂ ਅਗਲੀ ਇੰਟਰਵਿਊ ਦਾ ਨਾਮ ਲਾਉਂਗਾ ਵਾਰਨਿੰਗ ਵੀ ਆ ਉਹਨਾਂ ਨੂੰ ਕਿੰਨੀ ਵਾਰਨਿੰਗ ਆ ਮੈਂ ਚਾਹੁੰਦਾ ਹਟ ਜਾਣ ਵੀ ਨਾ ਹਟੇ ਫੇ ਅਗਲੀ ਇੰਟਰਵਿਊ ਨਾ ਲਿਆ ਲਗਾਉਂਗਾ ਮੈਂ ਹੁਣ ਆ ਕਈ ਟੀਮਾਂ ਵਾਲੇ ਕਰਦੇ ਆ ਜਿੱਦਾਂ ਲੋਕਾਂ ਦੇ ਘਰਾਂ ਦੇ ਵਿੱਚ ਫਾੜਕ ਪਾਉਂਦੇ ਭਰਾਵਾਂ ਅੱਜ ਜਿੱਦਾਂ ਇੱਕ ਦੂਜੇ ਨੂੰ ਦੂਰ ਕਰਨੀਆਂ ਟਰਾਈਆਂ ਕਰਦੇ ਆ ਕੁਸ਼ਕ ਪ੍ਰਮੋਟਰ ਆ ਕੁਸ਼ਕ ਇਥੇ ਕੋਚ ਆ ਐਵੇਂ ਟੀਮਾਂ ਤੋੜੀ ਜਾਣੀਆਂ ਕਿਸੇ ਨੂੰ ਫੋਨ ਕਰੀ ਜਾਣੇ ਤੂੰ ਇਧਰੋਂ ਫੇਰ ਤੈਨੂੰ ਇੰਨੇ ਪੈਸੇ ਦੇਣੇ ਤੋਂ ਇਦਾਂ ਇਹ ਬੰਦ ਹੋਣਾ ਚਾਹੀਦਾ ਮੈਨੂੰ ਮਹਿਸੂਸ ਹੋਇਆ ਪਹਿਲੀ ਵਾਰ ਕਿ ਯਾਦ ਇਹ ਹੁਣ ਗੱਲ ਵੱਡੀ ਆ ਆ ਇੱਥੇ ਸਾਡੇ ਦਾ ਟੂਰਨਾਮੈਂਟ ਦੇ ਰੱਖੀ ਹੁੰਦੀ ਮੈਨੂੰ 40 ਕਿਲੋ ਰੱਖੀ ਮੇਰਾ 25 ਕਿਲੋ ਭਾਰ ਹਣਾ ਤੇ ਮੈਂ ਇੱਥੇ ਆਇਆ ਮੈਂ ਕਿਹਾ ਵੀ ਆਪਾਂ ਵੀ ਮਤਲਬ ਖੇਡਣਾ ਚਾਹੁੰਦੇ ਹਾਂ ਇੱਥੇ ਉਹ ਕਹਿੰਦੇ ਤੇਰਾ ਭਾਰ ਘਟਿਆ ਮੇਰਾ ਫਿਰ ਕਿੱਦਾਂ ਮੇਰਾ ਭਾਰ ਉਹ ਕਹਿੰਦੇ ਨਾਲ ਇੱਟਾ-ਉਟਾ ਫੜ ਲਾ ਦੋ ਤਾਂ ਨਾ ਕੰਡੇ ਤੇ ਝੜ ਜਾ ਉਹ ਜਿਹਦਾ ਕਿਸੇ ਮਜ਼ਾਕ ਜਿਹਾ ਕੀਤਾ ਦੋ ਮਜ਼ਾਕ ਜਿਦਾ ਆਪਣੀ ਜ਼ਿੰਦਗੀ ਦਾ ਜਿਹਦਾ ਟਰਨਿੰਗ ਪੁਆਇੰਟ ਹੁੰਦਾ ਤੇ ਮੈਨੂੰ ਜਿਹਦਾ ਸਾਰੇ ਹਸਣ ਲੱਗੇ ਬੜਾ ਤਾਂ ਬੜਾ ਲੱਗਾ ਵੀ ਇਹ ਮਤਲਬ ਮੈਂ ਇਹਨੂੰ ਪੁੱਛਿਆ ਮੈਂ ਕਿੱਦਾਂ ਖੇਡਾਂ ਕਹਿੰਦੇ ਇੱਥੇ ਗਰਾਊਂਡ 'ਚ ਆਉ ਮੈਂ ਗਰਾਊਂਡ 'ਚ ਗਿਆ ਤੇ 1.14 ਨੰਬਰ ਸਾਡੀ ਟੀਮ ਦੇ 1.13 ਪੁਆਇੰਟ ਮੇਰੇ ਕੱਲੇ ਦੇ। ਮੈਂ ਰੈਡਾ ਵੀ ਪਾਉਂਦਾ ਜੱਫੇ ਵੀ ਲਾਉਂਦਾ। ਤੇ ਯਾਦੇਬਾਈ ਇੰਜੀਨੀਅਰ ਤੁਸੀਂ ਜ਼ਿਕਰ ਕੀਤਾ ਬਹੁਤ ਸਾਰੀਆਂ ਇੰਜੀਨੀਅਰ ਪਹਿਲੀ ਵਾਰ ਛੱਟਕੇ ਤੋਂ ਲੱਗੀ ਵੀ ਜਦੋਂ ਲੱਗਿਆ ਯਾਰ ਇਹ ਤਾਂ ਕੈਂਡਮ ਹੋ ਗਿਆ ਕੰਮ। ਅੱਜ ਇਵਨਿੰਗ ਹੈ ਦੇ ਵੀ ਆਪਾਂ ਨਡਾਲੇ ਆ ਮੈਚ ਖੜਨ ਜਾਣਾ ਮੋਤੇ ਮੇਰਾ 70 ਕਿਲੋ ਸੀ। ਤੇ ਖੇਡਣ ਗਏ ਤੇ ਉੱਥੇ ਜਿੱਦਾਂ ਪਹਿਲੀ ਵਾਰੀ ਮੇਰੇ ਗੋਡੇ ਸਾਟ ਲੱਗੀ ਉਸ ਤੋਂ ਬਾਅਦ ਫਿਰ ਮੈਂ ਟ੍ਰੈਲਰਾਂ 'ਚ ਵੀ ਨਹੀਂ ਗਿਆ। ਪਰ ਵਰਲਡ ਕੱਪ 'ਚ ਹਿੱਸਾ ਨਹੀਂ ਲੈ ਪ। ਨਹੀਂ ਭਜੀ ਗਿਆ। ਇੰਜੀਨੀਅਰ ਹੋਈਆਂ ਨੇ ਕੋਈ ਹੈਗੀ ਗਿਣਤੀ ਹੁਣ ਤੱਕ ਇਹ ਤਾਂ ਪਾਜੀ ਹੁਣ ਪੁੱਛੋ ਹੀ ਨਾ ਤੁਸੀਂ ਜੋ ਗੋਢੇ-ਮੋਢੇ ਸਾਰੇ ਖਰਾਬ ਹੀ ਆ ਆਕੀਲੇ ਨੇ ਡਾਈਟ ਕੀ ਹੈ ਯਾ ਦਿੱਸਰਪੁਰ ਪਿਛਲੇ ਸਮੇਂ ਤੋਂ ਜੋ ਕੁਝ ਹੋਇਆ ਕਬੱਡੀ ਦੇ ਜਿਹਨੇ ਸਾਰੇ ਇਨਸੀਡੈਂਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਹਿੰਦੇ ਖਿਡਾਰੀ ਪੰਜਾਬ ਦੇ ਵਿੱਚ ਘਟ ਤੇ ਬਾਹਰ ਖੇਡਣਾ ਜ਼ਿਆਦਾ ਪਸੰਦ ਕਰਦੇ ਆ ਵਿਦੇਸ਼ ਰਹਿਣਾ ਪਸੰਦ ਕਰਦੇ ਹੋ ਯਾ ਪੰਜਾਬ ਦੇ ਨਾਲ ਮੋਹ ਬਰਕਰਾਰ ਮੈਂ ਮੈਂ ਪੰਜਾਬ ਦੇ ਆਪਣੇ ਪਿੰਡ ਚ ਰਹਿ ਕੇ ਬੜਾ ਖੁਸ਼ ਹਾਂ ਬੜਾ ਮੇਰਾ ਵਧੀਆ ਇੱਥੇ ਸਿਸਟਮ ਹੈ ਸਾਰਾ ਬਹੁਤ ਵਧੀਆ ਪਰ ਇੱਥੇ ਜਿਹੜਾ ਮਾਹੌਲ ਬੜਾ ਬਣ ਗਿਆ ਨਾ ਹੁਣ ਰਹਿ ਨਹੀਂ ਸਕਦਾ ਡਰ ਲੱਗਦਾ ਭਾਈ ਜਿੱਦਾਂ ਦਾ ਹੁਣ ਪਿੱਛੇ ਜੇ 2-4 ਹਾਸੀਏ ਬਹੁਤ ਖਤਰਨਾਕ ਹੋਏ ਬਹੁਤ ਮਾਰੇ ਹੋਏ ਆ ਦੀਪ ਨੰਗਲੰਬੀਆਂ ਤੋਂ ਬਾਅਦ ਵੀ ਜ਼ਿਆਦਾ ਡਰ ਹੋਇਆ ਫੈਮਿਲੀਜ਼ ਨੂੰ ਭਾਈ ਉਹ ਸੰਦੀਪ ਨੰਗਲੰਬੀਆਂ ਦਾ ਭਾਈ ਏਡਾ ਲੈਜੈਂਡ ਪਲੇਅਰ ਆ ਏਡਾ ਦੁਨੀਆ ਦੇ ਨਾਂ ਉਹਦੇ ਮੁਕਾਬਲੇ ਜਿਵੇਂ ਲੱਗਦਾ ਨਹੀਂ ਕੋਈ ਪਲੇਅਰ ਹੈਗਾ ਤੋਂ ਕੜਨਾਂ ਤੋਂ ਬਾਅਦ ਸਾਰੇ ਜਿੰਨਾ ਜ਼ਿਆਦਾ ਵੀ ਮਤਲਬ ਉਹ ਮਤਲਬ ਹੁਣ ਫੋਰਸ ਕਰਦੇ ਆ ਤੁਸੀਂ ਜਿੰਨੀ ਕਬੱਡੀ ਖੇਡ ਲਈ ਹੈ ਖੇਡ ਲਈ ਬੱਸ ਹੁਣ ਨਾ ਖੇਡੋ ਤੇ ਆਪਣਾ ਕਿਤੇ ਤੁਸੀਂ ਸੈਟਲ ਹੋ ਜਾਓ ਏਸ਼ ਕਿਹੜਾ ਚੰਗਾ ਲੱਗਦਾ ਔਰ ਕਿਹੜੀ ਦੇਸ਼ ਜ਼ਿਆਦਾ ਰਹਿ ਕੇ ਖੁਸ਼ ਹੁੰਨੇ ਮੈਂ ਭਾਜੀ ਨਿਊਜ਼ੀਲੈਂਡ ਮੈਨੂੰ ਸਭ ਤੋਂ ਸੋਹਣੀ ਕੰਟਰੀ ਲੱਗਦੀ ਹੈ ਪ੍ਰੋ ਪੰਜਾਬ ਟੀਵੀ ਦੇ ਪ੍ਰੋਗਰਾਮ ਮਾਨ ਕਬੱਡੀ ਦਾ ਦੇ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਵਿਕਰਮ ਸਿੰਘ ਅੱਜ ਮੈਂ ਆਇਆ ਹੋਇਆ ਪਿੰਡ ਸੁਰਖਪੁਰ ਦੇ ਵਿੱਚ ਸੁਰਖਪੁਰ ਪਿੰਡ ਨੇ ਬਹੁਤ ਸਾਰੇ ਕਬੱਡੀ ਖਿਡਾਰੀ ਦਿੱਤੇ ਆ ਔਰ ਹੁਣ ਚਰਚਾਵਾਂ ਦੇ ਵਿੱਚ ਜਿਹੜੇ ਟੌਪ ਦੇ ਖਿਡਾਰੀ ਨੇ ਉਹਨਾਂ ਦੇ ਵਿੱਚੋਂ ਨੇ ਯਾਦਾ ਸੁਰਖਪੁਰ ਤੇ ਯੋਧਾ ਸੁਰਖਪੁਰ ਜਿਨ੍ਹਾਂ ਦੇ ਉੱਪਰ ਮਾਣ ਹੁੰਦਾ ਕਬੱਡੀ ਦੇ ਦਰਸ਼ਕਾਂ ਨੂੰ ਕਬੱਡੀ ਖਿਡਾਰੀਆਂ ਨੂੰ ਵੀ ਇਹਨਾਂ ਦੇ ਉੱਪਰ ਮਾਣ ਹੈ ਗੱਲਬਾਤ ਕਰਦੇ ਆ ਬਾਈ ਯਾਦਾ ਤੇ ਯੋਧਾ ਦੋਵੇਂ ਸਾਡੇ ਨਾਲ ਗਰਾਊਂਡ ਦੇ ਵਿੱਚ ਨੇ ਬਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬੀ ਹਾਂ 사ਸੀ ਗੱਲ ਬਾਜੀ ਜਿੰਨੇ ਵੀ ਸਾਨੂੰ ਪ੍ਰੋ ਪੰਜਾਬ ਟੀਵੀ ਤੇ ਵਾਚ ਕਰ ਰਹੇ ਸਾਰਿਆਂ ਨੂੰ ਪਿਆਰ ਭਰੀ 사ਸੀ ਗੱਲ ਜੀ ਬਾਈ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤੁਹਾਡਾ ਵੀ ਸਵਾਗਤ ਬਹੁਤ-ਬਹੁਤ ਹਾਂ ਸਾਸੀ ਗਾਲ ਜੀ ਸਾਰਿਆਂ ਨੂੰ ਜਿੰਨੇ ਵੀ ਲਾਈਵ ਵੇਖਦੇ ਆ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਗੱਲਾਂ ਬਾਤਾਂ ਦੋਹਾਂ ਭਰਾਵਾਂ ਦੇ ਨਾਲ ਹੀ ਕਰਨੀਆਂ ਪੂਰਾ ਖੁੱਲ ਕੇ ਜ਼ਿੰਦਗੀ ਨੂੰ ਲੈ ਕੇ ਸਾਡਾ ਇੱਕ ਕਨਸੈਪਟ ਹੈ ਇਹ ਕਿ ਜਿੰਨੇ ਵੀ ਤੁਹਾਡੇ ਸਟਰਗਲ ਤੋਂ ਲੈ ਕੇ ਤੁਹਾਡੀ ਜ਼ਿੰਦਗੀ ਦੇ ਕੋਈ ਅਹਿਮ ਪਹਿਲੂ ਹੋਣ ਕੀ ਲੁਕੀਆਂ ਛिपੀਆਂ ਗੱਲਾਂ ਹੋਣ ਉਹ ਵੀ ਗੱਲਾਂ ਕਰਾਂਗੇ ਆਪਾਂ ਤਾਂ ਸ਼ੁਰੂਆਤ ਮੈਂ ਚਾਹਣਾ ਕਿ ਯਾਦੇ ਸੁਰਖਪੁਰ ਦੀ ਸ਼ੁਰੂਆਤ ਕਿਵੇਂ ਹੋਈ ਪਰ ਉਸ ਤੋਂ ਪਹਿਲਾਂ ਮੈਂ ਇਹ ਜਾਨਣਾ ਚਾਹਣਾ ਕਿ ਯਾਦਾ ਤੇ ਯੁੱਧਾ ਦੋਵਾਂ ਦੇ ਵਿੱਚ ਕੋਈ ਭਰਾ ਨੇ ਕੁਪ ਪਿੰਡ ਦੀ ਸਕੀਰੀ ਐ ਇਹਦੇ ਬਾਰੇ ਸਭ ਤੋਂ ਪਹਿਲਾਂ ਦੱਸ ਦਿਓ ਮੈਨੂੰ ਹਾਂਜੀ ਪਾਜੀ ਇਹ ਦੋਨੇ ਭਰਾ ਆ ਜਿੱਦਾਂ ਅਸੀਂ ਮਾਸੀ ਦੇ ਮੁੰਡੇ ਆ ਬਚਪਨ ਤੋਂ ਸ਼ੁਰੂ ਤੋਂ ਇਕੱਠੇ ਇਕੋ ਘਰ 'ਚ ਰਹੇ ਆ ਇਕੱਠੇ ਜਿੱਦਾਂ ਅਸੀਂ ਮਤਲਬ ਖੇਡਦੇ ਆ ਮਤਲਬ ਭਰਾ ਆਈਆਂ ਸਕੇ ਭਰਾਵਾਂ ਤੋਂ ਮਤਲਬ ਇੱਕ ਮਾਂ ਦੇ ਜੰਮੇ ਨਿਗੇ ਪਰ ਇੱਕ ਵੱਧ ਕੇ ਜਿੱਦਾਂ ਸਕੇ ਭਰਾਵਾਂ ਨਾਲ ਵੱਧ ਕੇ ਅਸੀਂ ਆ ਮਾਸੀ ਦੇ ਮੁੰਡੇ ਉਹ ਦਹੀਂ ਦੋਨੇ ਅਸੀਂ ਹਾਂਜੀ ਪਿਆਰ ਤੁਸੀਂ ਜਿਆਦਾ ਕਰਦੇ ਹੋ ਕਿ ਜਿਆਦਾ ਕਰਦੇ ਹਾਂ ਦੋਵੇਂ ਹੀ ਕਰਦੇ ਪਿਆਰ ਦੋਵੇਂ ਹੀ ਪਿਆਰ ਕਰਦੇ ਹਾਂਜੀ ਤਾਂ ਹੀ ਇਕੱਠੇ ਭਾਈ ਸ਼ੁਰੂਆਤ ਜਦੋਂ ਤੁਸੀਂ ਕੀਤੀ ਸ਼ੁਰੂਆਤ ਕਿਹੜੀ 2001 ਤੋਂ ਕੀਤੀ ਤੁਸੀਂ ਮੈਂ ਜਿੱਦਾਂ ਨਾ ਭਾਈ ਸਾਡੇ ਪਿੰਡ 'ਚ ਬੜਾ ਪੁਰਾਣਾ ਟੂਰਨਾਮੈਂਟ ਆ ਤੇ ਬੜੇ ਸਾਡੇ ਪਿੰਡ ਦੇ ਪੁਰਾਣੇ ਪਲੇਅਰ ਹੋਏ ਆ ਹੁਣੇ ਨਾਂ ਲੈਣ ਲੱਗੇ ਤੇ ਕਾਫੀ ਜ਼ਿਆਦੇ ਪਲੇਅਰ ਆ 1999 'ਚ 2000 ਸਾਲ 'ਚ ਇੱਥੇ ਟੂਰਨਾਮੈਂਟ ਹੁੰਦਾ ਬੈਸਟ ਰਾਈਡਰ ਜਾਫੀ ਨੇ ਸਕੂਟਰ ਰੱਖੇ ਜਾਂਦੇ ਸੀ ਤੇ ਉਦਾਂ ਹੀ ਸੀ ਟੂਰਨਾਮੈਂਟ ਦੇਖਣ ਆਉਂਦੇ ਹੁੰਦੇ ਇੱਥੇ ਤੇ ਮੈਂ ਇੱਥੇ ਆਣ ਕੇ ਪੁੱਛਿਆ ਵੀ ਕਿੱਦਾਂ ਖੇਡ ਸਕਦੇ ਇੱਥੇ ਵੀ ਐਸ.ਐਮ. ਜਿੱਦਾਂ ਆਪਣੇ ਪਿੰਡ ਦੇ ਪੁਰਾਣੇ ਖਿਡਾਰੀਆਂ ਵਾਲੇ ਵੇਖ ਕੇ ਤੇ ਮੈਨੂੰ ਜਿੱਦਾਂ ਸਾਡੇ ਪਿੰਡ ਦੇ ਪੁਰਾਣੇ ਹੁਣ ਦੱਸਿਆ ਵੀ ਇਥੇ ਰੋਜ਼ ਤੁਹਾਨੂੰ ਗਰਾ ਜੇ ਤੁਹਾਨੂੰ ਕਬੱਡੀ ਕਰਨੀ ਫੇਰ ਮੈਂ ਜਦੋਂ ਟੂਰਨਾਮੈਂਟ ਲੰਘਿਆ 2000 ਸਾਲਾਂ ਵਾਲਾ 1999 ਚ ਵੀ ਦੇਖਿਆ ਤੇ 2000 ਸਾਲ ਜੂ ਵੀ ਉਹ ਦੇਖ ਕੇ ਵਿੱਚ 21 22 23 ਜਨਵਰੀ ਤੇ ਪੱਕਾ ਟੂਰਨਾਮੈਂਟ ਹੁੰਦਾ ਸੀ ਤੇ ਉਸ ਤੋਂ ਬਾਅਦ ਫਿਰ ਮੈਂ 24 ਜਨਵਰੀ ਤੋਂ ਲਗਾਤਾਰ ਹੀ ਗਰਾਊਂਡ ਚ ਆਉਣਾ ਸ਼ੁਰੂ ਕਰਤਾ 2000 ਸਾਲ ਦੇ 2001 ਤੋਂ ਮੈਂ ਫੇਰ ਮੈਚ ਮੇਜੇ ਦਾ ਹੋਣ ਲੱਗ ਪਿਆ ਆਪਣੇ ਵੀਰ ਦਾ ਇਹਦਾ ਰਖਾਉਣਾ ਸ਼ੁਰੂ ਕਰਤਾ ਸੀ ਉਹ ਇੱਕ ਉਹ ਕਿਹੜੀ ਗੱਲ ਸੀ ਜਿਹੜੀ ਜਦੋਂ ਥੋੜਾ weight ਬਹੁਤ ਘੱਟ ਸੀਗਾ ਤੁਸੀਂ ਖੇਡ ਨਹੀਂ ਪਾਰੇ ਸੀ ਤਾਂ ਇੱਥੇ ਸਾਡੇ ਦਾ ਟੂਰਨਾਮੈਂਟ ਦੇ ਰੱਖੀ ਹੁੰਦੀ ਮੈਨੂੰ 40 ਕਿਲੋ ਰੱਖੀ ਮੇਰਾ 25 ਕਿਲੋ ਭਾਰ ਹੋਣਾ ਤੇ ਮੈਂ ਇੱਥੇ ਆਇਆ ਮੈਂ ਕਿਹਾ ਵੀ ਆਪਾਂ ਵੀ ਮਤਲਬ ਖੇਡਣਾ ਚਾਹੁੰਦੇ ਹਾਂ ਇੱਥੇ ਉਹ ਕਹਿੰਦੇ ਤੇਰਾ ਭਾਰ ਘਟਿਆ ਮੈਂ ਕਿਹਾ ਫਿਰ ਕਿੱਦਾਂ ਮੇਰਾ ਭਾਰ ਉਹ ਕਹਿੰਦੇ ਨਾਲ ਇੱਟਾ-ਉਟਾ ਫੜ ਲਾ ਦੋ ਤਾਂ ਨਾ ਕੰਡੇ ਤੇ ਚੜ ਜਾ ਉਹ ਜਿੱਦਾਂ ਕਿਸੇ ਮਜ਼ਾਕ ਜਿਹਾ ਕੀਤਾ ਤੇ ਉਹ ਮਜ਼ਾਕ ਜਿੱਦਾਂ ਆਪਣੀ ਜ਼ਿੰਦਗੀ ਦਾ ਜਿੱਦਾਂ ਟਰਨਿੰਗ ਪੁਆਇੰਟ ਹੁੰਦਾ ਤੇ ਮੈਨੂੰ ਜਿੱਦਾਂ ਸਾਰੇ ਹਸਣ ਲੱਪੇ ਬੜਾ ਤਾਂ ਬੜਾ ਲੱਗਾ ਵੀ ਯਾਰ ਮਤਲਬ ਮੈਂ ਹਸ ਕੇ ਪੁੱਛਿਆ ਫੇ ਆਪਾਂ ਗਰਾਊਂਡ 'ਚ ਆਉਣਾ ਸ਼ੁਰੂ ਕਰਤਾ ਤੇ ਅੱਜ ਤੁਹਾਡੇ ਸਾਹਮਣੇ ਹੀ ਭਾਈ। ਹਾਂਜੀ। ਪਹਿਲੀ ਵਾਰ ਤੁਹਾਨੂੰ ਕਦੋਂ ਲੱਗਿਆ ਕਿ ਹੁਣ ਗੱਲ ਬਣ ਜੂਗੀ? ਭਾਈ ਜਿੱਦਾਂ ਮੈਂ ਸ਼ੁਰੂ ਤੋਂ ਜਿੱਦਾਂ ਖੇਡਣਾ ਸ਼ੁਰੂ ਕੀਤਾ ਨਾ ਮੈਂ ਸਾਲ ਕਿਥੇ ਪ੍ਰੈਕਟਿਸ ਕੀਤੀ ਹੈ 2007 ਤੋਂ ਲੈ ਕੇ 2001 'ਚ ਤੇ 2001 'ਚ ਫੇ ਆਪਣੇ ਸੀਚੇ ਵਾਲੇ ਬਾਬਾ ਜੀ ਮੈਚ ਕਰਾਉਂਦੇ ਸੀ 25 ਕਿਲੋ ਰੱਖ ਦਿੰਦੇ ਸੀ 25 30 35 ਉਹ ਪਹਿਲਾਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ। ਉੱਥੇ ਖੇਡਿਆ ਖੁੱਡਿਆ ਪਰ ਸਾਡੇ ਲੈ ਕੇ ਵੱਡੇ ਵੇਟ ਮੈਚ ਹੋਏ ਸੀ 2002 ਦੇ ਵਿੱਚ। ਉੱਥੇ ਮੈਂ ਖੇਡਣ ਗਿਆ ਉੱਥੇ ਮੇਰਾ 30 ਕਿਲੋ ਸੀ। ਤਦ ਉਦੋਂ ਤੋਂ ਪਹਿਲੇ ਦਿਨ ਤੋਂ ਹੀ ਜਦੋਂ ਮੈਂ ਗਰਾਊਂਡ 'ਚ ਗਿਆ ਤੇ 14 ਸਾਡੇ ਟੀਮ ਦੇ 13.5 ਪੁਆਇੰਟ ਮੇਰੇ ਇਕੱਲੇ ਦੇ ਮੈਂ ਰੈਡਾ ਵੀ ਪਾਉਂਦਾ ਜੱਫੇ ਵੀ ਲਾਉਂਦਾ ਸੀ ਇਦਾਂ ਹੌਲੀ ਹੌਲੀ ਫੇਰ ਹਰੇਕ ਸਾਲ ਇਹਦਾ 5-5 ਕਿਲੋ weight ਵਧਾ ਕੇ ਜਿੰਨਾ ਪਹਿਲੇ ਸਾਲ 30 35 ਜਾਂ ਇਦਾਂ ਖੇਡਦੇ ਰਹੇ ਹਰੇਕ ਸਾਲੀ ਹਾਂਜੀ ਮੈਨੂੰ ਤੁਹਾਨੂੰ ਮਹਿਸੂਸ ਹੋਇਆ ਪਹਿਲੀ ਵਾਰ ਕਿ ਯਾਦ ਇਹ ਹੁਣ ਗੱਲ ਬਣ ਗਈ ਹੈ ਮਹਿਸੂਸ ਤਾਂ ਅਜੇ ਵੀ ਨਹੀਂ ਹੋਇਆ ਹਜੇ ਵੀ ਸਿੱਖੀ ਜਾਂਦੇ ਹਾਂ ਹਜੇ ਵੀ ਸਿੱਖੀ ਜਾਂਦੇ ਕਬੱਡੀ ਰੋਜ਼ ਨਾ ਰੋਜ਼ ਜੇ ਆਪਾਂ ਹੁਣ ਮਤਲਬ ਕਹੀਏ ਵੀ ਅਸੀਂ ਬਹੁਤ ਕੁਝ ਬਣ ਗਏ ਫੇਰ ਆਪ ਕਿਉਂਕਿ ਬਰ ਰੋਜ਼ ਦੀ ਰੋਜ਼ ਆਪਣ ਸਿੱਖਣਾ ਪੈਂਦਾ ਕਿਉਂਕਿ ਪਲੇਅਰ ਬਦਲੀ ਜਾਂਦੇ ਆ ਨਵੇਂ ਬੰਦੇ ਉਹਨਾਂ ਤੋਂ ਵੀ ਸਾਨੂੰ ਸਿੱਖਣਾ ਪੈਂਦਾ ਕੁਛ ਨਾ ਕੁਛ ਉਹਨਾਂ ਨੂੰ ਹੀ ਕਿੱਦਾਂ ਫੜਨਾ ਕੀ ਕਰਨਾ ਹੁਣ ਤੱਕ ਸਿੱਖਦੇ ਹੀ ਪਾਈ ਭਾਜੀ ਪਰ ਪਹਿਲਾ ਗੁਰੂ ਕਿਹਾ ਜਾਂਦਾ ਕਿ ਉਸਤਾਦ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਕੋਈ ਵੀ ਤੁਸੀਂ ਕੰਮ ਕਰਨਾ ਉਹਦੇ ਵਿੱਚ ਉਸਤਾਦ ਦੀ ਤੁਹਾਡੇ ਗੁਰੂ ਦੀ ਭੂਮਿਕਾ ਹੁੰਦੀ ਹੈ ਤੁਹਾਡਾ ਉਸਤਾਦ ਕੌਣ ਸੀ ਉਸਤਾਦ ਮੇਰਾ ਮੇਰਾ ਭਰਾਵਾ ਵਾਂਗੂ ਸੀਗਾ ਮੰਜੰਦਰ ਉਹ ਵਲੀ ਇੰਗਲੈਂਡ ਦੇ ਵਿੱਚ ਆ ਬਹੁਤ ਜਿਆਦਾ ਜਿੱਦਾਂ ਸਾਡੀ ਉਹਨੇ ਮੈਨੂੰ ਖੇਡਣ ਲਾਇਆ ਮੈਂ ਆਪ ਘਰਾਂ ਦੇ ਬਾਹਰ ਜਿੱਦਾਂ ਮਾੜਾ ਮੋਟਾ ਕਿਨੋਂ ਉਹਨੇ ਮੈਨੂੰ ਮੈਚ ਲਾਉਣਾ ਉਹਨੇ ਲੈ ਕੇ ਜਾਣਾ ਗਰਾਊਂਡ ਚ ਉਹਨੇ ਮੈਨੂੰ ਦੱਸਿਆ ਵੀ ਇਦਾਂ ਇਦਾਂ ਇੱਥੇ ਪੋਸਟਰ ਲੱਗਦੇ ਉਹ ਵੇਖੀਏ ਤੇ ਆਪਾਂ ਮੈਚ ਖੇਡਣ ਚ ਆਇਆ ਕਰਾਂਗੇ ਵੀ ਉਹਨੇ ਮਤਲਬ ਮੈਨੂੰ ਮੈਚਾਂ ਮੋਚਾਂ ਉਹਨੇ ਲੈ ਕੇ ਦੇ ਉਹਦੀ ਜਨਾ ਬਹੁਤ ਵੱਡੀ ਭੂਮਿਕਾ ਬਾਕੀ ਸਾਡੇ ਪਿੰਡ ਦੇ ਪੁਰਾਣੇ ਖਿਡਾਰੀ ਬਹੁਤ ਸੀਗੇ ਵੀ ਸਾਨੂੰ ਜਿੰਨਾਂ ਵੱਲ ਵੇਖ ਕੇ ਪਹਿਲਾਂ ਜਾਗ ਲੱਗੀਆ ਬਾਕੀ ਮੇਰਾ ਬਰਾਦਰ ਖੇਡਦਾ ਸੀ ਸਾਰਿਆਂ ਨਾਲ ਵੇਖ ਕੇ ਵਧੀਆ ਲੱਗਾ ਭਾਈ ਜਿਹੜੇ ਬੰਦੇ ਨੇ ਤੁਹਾਨੂੰ ਕਿਹਾ ਸੀ ਕਿ ਤੁਹਾਡੀ ਗੱਲ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹਾਂਜੀ ਉਹ ਮਿਲੇ ਆ ਹੁਣ ਉਹ ਵੀ ਬਾਹਰ ਫੋਰਨ ਚ ਆ ਪਰ ਮਤਲਬ ਆਪਾਂ ਮਤਲਬ ਘਾਟੀ ਜਿੱਦਾਂ ਹੁਣ ਉਦੋਂ ਦਾ ਇੱਕ ਮੈਨੂੰ ਲੱਗਦਾ 2005-06 ਤੋਂ ਬਾਹਰ ਚਲ ਗਏ ਮੜ ਕੇ ਮੈਨੂੰ ਲੱਗਦਾ ਇੰਡੀਆ ਆਈ ਨਹੀਂ ਉਹ ਹਾਂਜੀ ਤਾਂ ਤੁਹਾਡੀ ਮਹਾਰਤ ਜਿਹੜੀ ਆ ਕਹਿੰਦੇ ਕਿ ਤੁਸੀਂ ਸਪੀਡੀ ਨੂੰ ਵੀ ਫੜ ਲੈਨੇ ਹੋ ਜਿਹੜਾ ਹੈਵੀ weight ਹੁੰਦਾ ਉਹਨੂੰ ਵੀ ਉਸੇ ਤਰੀਕੇ ਦੇ ਨਾਲ ਨਹੀਂ ਤਾਂ ਇਹ ਹੁੰਦਾ ਕਿ ਕੋਈ ਸਪੀਡੀ ਬੰਦੇ ਨੂੰ ਫੜਦਾ ਸਪੀਡੀ ਰੇਡਰ ਨੂੰ ਕੋਈ ਕਹਿੰਦਾ ਕਿ ਹੈਵੀ weight ਨੂੰ ਪਰ ਤੁਸੀਂ ਦੋਨਾਂ ਨੂੰ ਫੜ ਲੈਨੇ ਹੋ ਮਤਲਬ ਦੋਨਾਂ ਨੂੰ ਹੀ ਜੱਫਾ ਮਾਰ ਲੈਨੇ ਹੋ ਭਾਜੀ ਪਹਿਲੋ ਫੜ ਲੀਦਾ ਜੀ ਦੋਨਾਂ ਨੂੰ ਹੀ ਮਤਲਬ ਹੁਣ ਜਿੱਦਾਂ ਥੋੜਾ ਜਿਆ ਹੁਣ ਵੇਟ ਵੀ ਥੋੜਾ ਜਿਆ ਇੰਜਰੀ ਇੰਜਰੀ ਬਹੁਤ ਹੋਈਆਂ ਹੁਣ ਜਿੱਦਾਂ ਮਤਲਬ ਘਟ ਮੈਚ ਵੀ ਹੁਣ ਜਿੱਦਾਂ ਐਸ ਕੀ ਇੰਡੀਆ ਘਟ ਖੇਡਿਆ ਵਾ ਹੁਣ ਤੇਜ਼ ਬੰਦਿਆਂ ਨੂੰ ਫੜਨ ਨੂੰ ਇਹਨੂੰ ਰੱਖਿਆ ਵਾ 50 50 ਲੱਕ ਫੜਨਾ ਅੱਛਾ ਹਾੜੀ ਭਾਰੇ ਪੂਰੇ ਦਾ ਆਪਾਂ ਮਾੜਾ ਮੋਟਾ ਯੂਰ ਯੂਰ ਕਰ ਲਈਦਾ ਹਾਂਜੀ ਸਪੀਡੀ ਬੰਦੇ ਨੂੰ ਤਾਂ ਹੀ ਸ਼ੇਰ ਦੂਜਾ ਤਿਆਰ ਕੀਤਾ ਹਾਂਜੀ ਹਾਂਜੀ ਤੇ ਫਿਰ ਥੋੜਾ ਗੁਰੂ ਕੌਣ ਹੈ ਬਰਾਲੀ ਵੇਖ ਵੇਖ ਲੱ ਨਹੀਂ ਬੋਲਣਾ ਭਾਈ ਆਪਾਂ ਬਸ ਕੈਮਰੇ ਮੂਰੇ ਬੋਲ ਨਹੀਂ ਹੁੰਦਾ। ਇਹੀ ਚੱਕਰ ਆ ਬਸ ਹਾਂਜੀ। ਇਹ ਤਾਂ ਨਿੱਜੀ ਜ਼ਿੰਦਗੀ ਚ ਵੀ ਆਈ ਨੇ। ਨਹੀਂ ਨਹੀਂ ਜੀ ਤੇ ਬੋਲ ਲਈਦਾ। ਦੇਖਿਆ ਜੀ ਕਿਦਾਂ ਬੋਲਣ ਡਿਆ। ਬੋਲ ਹੁੰਦਾ ਬਸ ਕੈਮਰੇ ਦੀ ਪ੍ਰੋਬਲਮ ਆ ਉਦਾਂ ਤਾਂ ਬਹੁਤ ਬੋਲੀਦਾ ਹਾਂਜੀ। ਹਾਂਜੀ। ਤੇ ਚਲੋ ਬਾਈ ਤੋਂ ਜਿਹੜੀਆਂ ਬਾਈ ਦੀ ਜ਼ਿੰਦਗੀ ਨਾਲ ਜੁੜੀਆਂ ਚੀਜ਼ਾਂ ਨੇ ਉਹ ਪੁੱਛ ਲਾਂਗੇ ਥੋੜੀਆਂ ਬਹੁਤ। ਤੇ ਯਾ ਤੇ ਬਾਈ ਇੰਜੀਨੀਅਰ ਤੁਸੀਂ ਜ਼ਿਕਰ ਕੀਤਾ ਬਹੁਤ ਸਾਰੀਆਂ ਇੰਜੀਨੀਅਰ ਪਹਿਲੀ ਵਾਰ 60 ਕ ਤੋਂ ਲੱਗੀ ਵੀ ਜਦੋਂ ਲੱਗਿਆ ਯਾਰ ਇਹ ਤਾਂ ਕੰਡਮ ਹੋ ਗਿਆ ਕੰਡਮ। 2010 ਚ ਬਾਈ ਮੈਂ ਵਰਲਡ ਕੱਪ ਦੇ ਟ੍ਰਾਇਲ ਦੇਣ ਗਿਆ ਪਹਿਲੀ ਵਾਰੀ ਮਨ ਲਾਤਾ ਨੂੰ ਵਰਲਡ ਕੱਪ ਹੋਇਆ ਸੀ ਇੰਡੀਆ ਦਾ ਉੱਥੇ ਟ੍ਰਾਇਲ ਦੇ ਕੇ ਆ ਕੇ ਜਿੱਦਾਂ ਦੇ ਬੰਦੇ ਸਿਲੈਕਸ਼ਨ ਪਿਆਗ ਪਲੇਅਰ ਚੁਣ ਲੈਂਦੇ ਆ ਉਹ 50 ਪਲੇਅਰ ਚੁਣ ਕੇ ਉਹ ਮੁੜ ਕੇ ਉਹਦਾ ਕੈਂਪ ਲੱਗਦਾ ਬਠਿੰਡੇ ਤੇ ਅਸੀਂ ਆਣ ਕੇ ਮੈਨੂੰ ਆਪਣੇ ਯੋਧੇ ਹੁਣੇ ਕਹਿੰਦੇ ਵੀ ਆਪਾਂ ਨਡਾਲੇ ਆ ਮੈਚ ਖੇਡਣ ਜਾਣਾ ਮੈਂ ਉੱਥੇ ਮਨ ਦਾ 70 ਕਿਲੋ ਸੀ ਤੇ ਖੇਡਣ ਗਏ ਤੇ ਉੱਥੇ ਜਿੱਦਾਂ ਪਹਿਲੀ ਵਾਰੀ ਮੇਰੇ ਗੋਡੇ ਸਾੜ ਲੱਗੀ ਉਸ ਤੋਂ ਬਾਅਦ ਫੇਰ ਮੈਂ ਟ੍ਰਾਇਲਾਂ 'ਚ ਵੀ ਨਹੀਂ ਗਿਆ ਵਾਪਸ ਆ ਗਿਆ ਪਹਿਲੀ ਵਾਰੀ ਉਹ ਸਾੜ ਲੱਗੀ 2010 'ਚ ਔਰ ਤੁਸਾਂ ਬੱਸ ਪਰ ਇੰਜਰੀ ਰਿਕਵਰੀ ਨੂੰ ਕਿੰਨਾ ਸਮਾਂ ਲੱਗ ਗਿਆ ਕੋਈ ਵੀ ਭਾਈ ਇੰਜਰੀ ਦੇ ਘਟ ਤੋਂ ਘਟ ਇੱਕ ਮੰਥ ਤੇ ਮੰਨ ਕੇ ਚੱਲੀਏ ਕਿਤੇ ਫੱਟ ਲੱਗਦੀ 15-20 ਦਿਨ ਰੈਸਟ ਕਰਨੀ ਪੈਂਦੀ ਮੁਰਕ 10-15 ਦਿਨ ਆਪਣਾ ਫੇਰ ਦੁਬਾਰਾ ਤਿਆਰੀ ਕਰਕੇ ਗਰਾਊਂਡ 'ਤੇ ਆਉਣਾ ਪੈਂਦਾ ਕਿੰਨੀਆਂ ਇੰਜਰੀਆਂ ਹੋਈਆਂ ਨੇ ਕੋਈ ਹੈਗੀ ਗਿਣਤੀ ਹੁਣ ਤੱਕ ਇਹ ਤਾਂ ਭਾਈ ਹੁਣ ਪੁੱਛੋ ਹੀ ਨਾ ਤੁਸੀਂ ਜੋ ਗੋਡੇ ਮੋਡੇ ਸਾਰੇ ਖਰਾਬ ਹੀ ਆ ਹੁਣ ਤੇ ਬਸ ਆਪਾਂ ਇਹੋ ਹੀ ਆ ਰੱਬਗੇ ਅਰਦਾਸ ਕਰੀ ਦੀ ਰੋਜ਼ ਵੀ ਕਿਸੇ ਪਲੇਅਰ ਤੇ ਫੱਟ ਨਾ ਲੱਗੇ ਕੋਈ ਜਿੰਨਾ ਲੱਗਦੀ ਉਹਨੂੰ ਪਤਾ ਹੁੰਦਾ ਯੋ ਪਲੇਅਰ ਦਾ ਮਤਲਬ ਬਹੁਤ ਪਿਛੇ ਪਿਆ ਜਾਂਦਾ ਇੰਜਰੀ ਨਾ ਕਿਸੇ ਲੱਗੇ ਮੈਚ ਭਾਵੇਂ ਕਿਸਦਾ ਇੱਕ ਦੋ ਭਾਵੇਂ ਮਾੜਾ ਲੱਗ ਜਾਵੇ ਉਹ ਪ੍ਰੈਕਟਿਸ ਕਰਕੇ ਫੇਰ ਅਗੜਾ ਹਜੂ ਜਦੋਂ ਇੰਜਰੀ ਲੱਗ ਕੇ ਬੰਦੇ ਨੂੰ ਸਾਲ ਸਾਲ ਛੇ ਛੇ ਮਹੀਨੇ ਬਹਿਣਾ ਪੈਂਦਾ ਨਾ ਉਹ ਬਹੁਤ ਭਾਰੀ ਪਿਛੇੜ ਕੇ ਦੁਬਾਰਾ ਜਿਹੜਾ ਬੈਕਅਪ ਕਰਨਾ ਬਹੁਤ ਔਖਾ ਹੁੰਦਾ ਖਾਣਾ ਕੀ ਲੈਣ ਨੂੰ ਡਾਈਟ ਕੀ ਹੈ ਯਾ ਦੇਸਵਰ ਕੁੜਦੀ ਖਾਣਾ ਤੁਹਾਨੂੰ ਮੇਰੀ ਸਿਹਤ ਵਾਲੇ ਵੇਖ ਕੇ ਲੱਗਦਾ ਹੈ ਕਿ ਘਰ ਦੀਆਂ ਖਾਣੀਆਂ ਹੁੰਦੀਆਂ ਬਾਜੀ ਕੋਈ ਫਿਕਸ ਡਾਈਟ ਹੈ ਡਾਈਟ ਪਲਾਨ ਕੋਈ ਸ਼ੇਅਰ ਕਰ ਸਕਦੇ ਹੋ ਨਹੀਂ ਕੁਝ ਨਹੀਂ ਕਬੱਡੀ ਪਲੇਅਰਾਂ ਦਾ ਕੋਈ ਡਾਈਟ ਨਹੀਂਗਾ ਹੁਣ ਕੋ ਅਹੀਂ ਜੋ ਜੀ ਕਰਦਾ ਖਾ ਲੀ 10 ਵੀਰ ਤੁਸੀਂ ਤੇ ਦਿਹਾੜੀ 10 ਵੀ 15 ਵਾਰੀ ਚਾਹ ਵੀ ਪੀ ਲੀਦੀ ਆ ਤੇ ਕਈ ਵਾਰੀ 1-1 ਦਿਨ ਖਾਈਦਾ ਨਹੀਂ ਜੋ ਮੈਂ ਆਈ ਤੇ ਚੱਲਦੀ ਦਾ ਘਰੋਂ ਜੋ ਖਾਲਿਆ ਰਾਤ ਨੂੰ ਆ ਕੇ ਉਹੀ ਖਾਣਾ ਫੇਰ ਰੋਟੀ ਖਾਣੀ ਘਰੇ ਆ ਕੇ ਕੁਝ ਵੀ ਨਹੀਂ ਸਾਡਾ ਜਾਂ ਭਾਵੇਂ ਜ ਘਰੇ ਹੋਈਏ ਤੇ ਜੋ ਮਰਜੀ ਖਾਈ ਮਦਾਮ ਮੱਖਣੀ ਕੋਈ ਹੋਰ ਇਹ ਤੇ ਬਾਈ ਚਲੋ ਘਰ ਦੀਏ ਘਰੇ ਲੂ ਖਰਾਕ ਜਿਹੜੀ ਅੰਗੇ ਤੇ ਖਾਣੀਆਂ ਖਾਣੀਆਂ ਹੁੰਦੀਆਂ ਸਾਰੇ ਖਾਂਦੇ ਆ ਉਹ ਜੋ ਸਾਡੇ ਘਰ ਮਤਲਬ ਬਣਿਆ ਹੁੰਦਾ ਖਾ ਲਈਦਾ ਸਾਰੇ ਪਰ ਅੱਜ ਕੱਲ ਜਿਹੜਾ ਚੱਲਿਆ ਬਈ ਆਦੇ ਕਿ ਬਾਡੀ ਬਣਾਉਣ ਲਈ ਲੈਂਦੇ ਆ ਪਾਊਡਰ ਸਟੀਰੋਇਡ ਕਹਿ ਦਿੰਦੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਇੱਕ ਚੀਜ਼ਾਂ ਜਿਹੜੀਆਂ ਇਸਤੇਮਾਲ ਕਰਕੇ ਦੇਖੀ ਆ ਕਦੇ ਕਿ ਦੂਰੀ ਬਣਾ ਕੇ ਰੱਖੀ ਇਹਨਾਂ ਤੋਂ ਜੇ ਇਹ ਚੀਜ਼ਾਂ ਇਸਤੇਮਾਲ ਕਰੀ ਤਾਂ ਸਾਡੀ ਵੀ ਬੋਡੀ ਬਣੀ ਹੁੰਦੀ ਸਾਡੇ ਐਂ ਨਾ ਮੋਟੇ-ਮੋਟੇ ਲੰਦਾ ਹੁੰਦੇ ਸਾਡਾ ਵੀ ਹੁੰਦਾ ਪਰ ਆਪਾਂ ਨਹੀਂ ਇਸਤੇਮਾਲ ਕਰਦੇ ਭਾਜੀ ਕੋਈ ਨਹੀਂ ਜੇ ਕਰਦੇ ਹੁੰਦੇ ਫਿਰ ਥੋੜਾ ਟਾਈਮ ਖੇਡ ਲੈਂਦੇਈ ਨਾ ਟਾਈਮ ਨਾ ਖੇਡਦੇ ਹੋ ਸਕਦਾ ਵੀ ਸਾਡੀ ਜਿੰਦੀਆਂ ਇੰਜਰੀਆਂ ਹੋਈਆਂ ਸੀ ਜੇ ਕੋਈ ਚੀਜ਼ਾਂ ਗਲਤ ਇਸੇਵਨ ਕਰਦੇ ਹੁੰਦੇ ਤਾਂ ਅਸੀਂ ਹੁਣ ਨਾ ਮਤਲਬ ਨਾ ਮਤਲਬ ਲੋਕਾਂ 'ਚ ਵਿਚਰਦੇ ਹੁੰਦੇ ਹੌਣ ਸਾਡਾ ਪਰ ਆਪਾਂ ਨਹੀਂ ਕਰੀਦਾ ਹੁਣ ਸਾਡੀ ਸਰੀਰ ਇਦਾਂ ਦੀ ਬਣਦਰੀ ਇੰਦਾਂ ਦੀ ਆ ਵੀ ਅਸੀਂ ਜੇ ਮੰਨ ਲਓ ਬੰਦੇ ਦਾ ਪਵਾ ਲੱਗ ਜਾਂਦਾ ਕੋਈ ਵੀ ਬੰਦਾ ਗਲਤ ਜੀ ਯੂਜ਼ ਕਰਦਾ ਪਰ ਸਾਡਾ ਅਸੀਂ ਨਹੀਂ ਕਰਦੇ ਭਾਜੀ ਕਦੋਂ ਤੁਹਾਨੂੰ ਲੱਗਿਆ ਕਿ ਬਈ ਹੁਣ ਰੋਕਣ ਵੀ ਲੱਗੇ ਹੁਣ ਤਕੜੇ ਤੋਂ ਤਕੜੇ ਨਾਲ ਵੀ ਮੱਥਾ ਲਾ ਸਕਦੇ ਆ ਲੱਗਿਆ ਕਦੇ ਇਹ ਚੀਜ਼ਾਂ ਮਹਿਸੂਸ ਹੋਈਆਂ ਕਿ ਹਾਂ ਹੁਣ ਆਪਾਂ ਬਣ ਗਏ ਆ ਕੁਛ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਜੀ ਤੇ ਹੁਣ ਤਾਂ ਸਿੱਖੀ ਜਾਂਦੇ ਆ ਇਹ ਜਦੋਂ ਕਬੱਡੀ ਛੱਡ ਦਾਂਗੇ ਗਾਂ ਮਤਲਬ ਫਿਰ ਇਹੀ ਕਹਾਂਗੇ ਕਿਸੇ ਨੂੰ ਕੁਛ ਅਜੇ ਸਿੱਖਦੇ ਆ ਮਤਲਬ ਸਾਰੇ ਨ ਤਗੜੇ ਤਗੜੇ ਦਾ ਮੱਥਾ ਕਬੱਡੀ ਇਦਾਂ ਦੀ ਇਕੱਲੇ ਨੂੰ ਕੱਲਾ ਭਾਈ ਹੁਣ ਤਗੜੇ ਤੋਂ ਤਗੜੇ ਦਾ ਹੀ ਮੱਥਾ ਲੱਗਣਾ ਜਿਹੜਾ ਗਰਾਊਂਡ 'ਚ ਆ ਕੇ ਤਗੜਾ ਹੀ ਆ ਠੀਕ ਨਹੀਂ ਕੋਈ ਮਾੜਾ ਕੋਈ ਵੀ ਨਹੀਂਗਾ ਜਿਹੜੇ ਬੰਦੇ ਅੱਟ ਪਲੇਅਰ ਅਰਦਾਸ ਖੇਡ ਦੇ ਗਰਾਊਂਡ 'ਚ ਆ ਕੇ ਅਰਦਾਸ ਕਰ ਕੋ ਤਗੜੇ ਹੀ ਆ ਭਾਈ ਸਾਰੇ ਕੰਟਰੋਵਰਸੀਆਂ ਤੋਂ ਬਹੁਤ ਦੂਰ ਰਹਿੰਦੇ ਹੋ ਤੁਸੀਂ ਨਹੀਂ ਤਾਂ ਅੱਜਕੱਲ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਪਰ ਪਿੱਛੇ ਜੀ ਇੱਕ ਦੂਹਕ ਸਾਲ ਪਹਿਲਾਂ ਮੇਰਾ ਖਿਆਲੋ ਖੇਡ ਦੇ ਵਿੱਚ ਸਵੇਕੀ ਕੁਝ ਹੋ ਗਿਆ ਸੀਗਾ ਔਰ ਉਹ ਟਰੋਲ ਕਰਨ ਲੱਗ ਗਈ ਸੀ ਜਨਤਾਬਾਦ ਵਿੱਚ ਤੁਸੀਂ ਹਾਲਾਂਕਿ ਉੱਤੇ ਜਵਾਬ ਵੀ ਦਿੱਤਾ ਤੁਸੀਂ ਕੋਈ ਚੁਰਲੀ ਦੇ ਕਹਿੰਦੇ ਕਿ ਥੱਪੜ ਮਾਰਤਾ ਬਾਅਦ ਵਿੱਚ ਉਹ ਕਹਿੰਦੇ ਕਿ ਨਹੀਂ ਤੇ ਮੇਰਾ ਭਰਾ ਹੈ ਵੱਡਾ ਹੱਕ ਦਿੱਤੇ ਹੋਏ ਨੂੰ ਤਾਂ ਸਾਰੇ ਰਾਈਟ ਹੀ ਕਹਿੰਦੇ ਦਿੱਤੇ ਹੋਏ ਕਾਪੀਰਾਈਟ ਵੀ ਇਹਦੇ ਕੋਲੇ ਆ ਸਾਰੇ ਰਾਈਟ ਇਹਨੂੰ ਦਿੱਤੇ ਹੋਏ ਜਿੱਦਾਂ ਭਾਈ ਹੁਣ ਆਪਣੀ ਟੀਮ ਕੋਈ ਚੱਲਦੀ ਆ ਹਨਾ ਉਹ ਸਾਰੇ ਅਸੀਂ ਭਰਾਵਾਂ ਤੌਰ ਤੇ ਚੱਲਦੇ ਹੁਣ ਮੈਂ ਜੋਦਾ ਵਸ਼ੁਰਲੀ ਜੋਤੇ ਹੁਣ ਜਿੰਨੇ ਵੀ ਸਾਡੇ ਪਲੇਅਰ ਐ ਸੰਦੀਪ ਭਾਈ ਹੋਏ ਜਿੰਨੇ ਵੀ ਸਾਰੇ ਇਕੱਠੇ ਖੇਡਦੇ ਆ ਉਹ ਮੰਨ ਲਓ ਜੇ ਕੋਈ ਆਪਣ ਤੋਂ ਸੀਨੀਅਰ ਆ ਹੁਣ ਮੈਂ ਇਹਨੂੰ ਜੋਦੇ ਦੇ ਵੀ ਮਾਰ ਦਿੰਦਾ ਮੈਂ ਛੋਰਦੀ ਵੀ ਆਪਣਾ ਭਰਾ ਸੀ ਉਹਨੂੰ ਮਾਰਦਾ ਭਰਾਵਾ ਵਾਂਗੂ ਗੇਮ 'ਚ ਕਿਤੇ ਬੰਦਾ ਜੇ ਆਪਾਂ ਕਿਸੇ ਨੇ ਕੋਈ ਦੱਸ ਦੇਆ ਕਿਸੇ ਨੇ ਪੁੱਛਨੇ ਆਪਣਾ ਆਪਣਾ ਫੇਕ ਹੀ ਹੁੰਦਾ ਘਰ ਦੇ ਵਿੱਚ ਨਹੀਂ ਬੋਲ ਲੜਦੇ ਥੋੜੀ ਕਪਤਾਨੀ 'ਚ ਚੱਲ ਰਹੇ ਹਾਂ ਹਾਂਜੀ ਫੇਕ ਹੀ ਹੁੰਦਾ ਉਹ ਆਪਣਾ ਭਰਾ ਸੀਗਾ ਫੇਕ ਕਰਦਾ ਸਾਡਾ ਕੰਪਰਵਾਇਜ਼ ਹੋ ਗਿਆ ਸਾਡੀ ਕੋਈ ਗੱਲ ਨਹੀਂ ਸੀ ਕਿਹੜਾ ਗੁੱਸੇ ਦਾ ਰਾਜ ਕੀ ਇੱਕ ਦੂਜੇ ਨਾਲ ਭਰਾਵਾ ਵਾਂਗੂ ਰਹਿੰਦੇ ਕੋਈ ਗੱਲ ਬਾਤ ਨਹੀਂ ਇਦਾਂ ਦੀ ਉਹ ਮੜ ਫੇ ਲੋਕ ਜਿਆਦਾ ਥੋੜੀ ਗੱਲ ਚੱਕ ਦਿੰਦੇ ਆ ਕੋਈ ਏਡੀ ਗੱਲ ਨਹੀਂ ਭਾਜੀ ਪਿੰਡ ਵਾਲੇ ਕੀ ਕਹਿੰਦੇ ਆ ਦੇਖ ਕੇ ਜਦੋਂ ਹਾਲਾਂਕਿ ਪਿੰਡ ਦੇ ਵਿੱਚ ਤਾਂ ਹੋਰ ਵੀ ਬਹੁਤ ਸਾਰੇ ਨਾ ਬਹੁਤ ਸਾਰੇ ਉਹ ਜਿਹੜੇ ਖਿਡਾਰੀ ਜਿਨ੍ਹਾਂ ਦੇ ਅੱਗੇ ਸੁਰਖਪੁਰ ਲੱਗਦਾ ਤਾਂ ਬਹੁਤ ਵੱਡੇ ਵੱਡੇ ਮੈਚ ਉਹਨਾਂ ਨੇ ਵੀ ਖੇਡੇ ਨੇ ਭਾਈ ਬਹੁਤ ਵੱਡੇ ਸਾਨੂੰ ਸਾਨੂੰ ਆਪਣਾ ਮਾਣ ਆ ਵੀ ਅਸੀਂ ਸੁਰਖਪੁਰ ਚ ਪੈਦਾ ਹੋਏ ਹਾਂ ਪੰਜਾਬ ਦੇ ਜ਼ਿਲ੍ਹਾ ਕਪੂਰਥਲੇ ਦੇ ਪਿੰਡ ਸੁਰਖਪੁਰ ਚ ਅਸੀਂ ਪੈਦਾ ਹੋਏ ਸਾਡਾ ਜਨਮ ਹੋਇਆ ਸਾਨੂੰ ਬੜੀ ਖੁਸ਼ੀ ਆ ਇਸ ਪਿੰਡ ਲਈ ਖੇਡੇ ਆ ਕੋਈ ਸ਼ੁਰੂ ਤੋਂ ਨਾਂਵਰ ਪਿੰਡ ਆ ਸਾਡੇ ਬਹੁਤ ਜ਼ਿਆਦੇ ਸਟਾਰ ਖਿਡਾਰੀ ਹੋਏ ਆ ਮੈਂ ਤੁਹਾਨੂੰ ਅੱਗੇ ਵੀ ਦੱਸਾਂ ਜੀ ਕੱਲੇ ਕੱਲੇ ਨਾਂ ਵਾਲੇ ਇਹ ਮੰਗੀ ਸੁਰਖਪੁਰੀਆ ਅਮਿੰਦਰ ਭਾਈ ਸੁਰਖਪੁਰੀਆ ਗਾਂਧੀ ਭਾਈ ਸੁਰਖਪੁਰੀਆ ਅਦੁੱਲਾ ਸੁਰਖਪੁਰੀਆ ਸੰਦੀਪ ਭਾਈ ਸੁਰਖਪੁਰੀਆ ਕੀਪਾ ਸੁਰਖਪੁਰੀਆ ਸਾਡਾ ਭਰਾ ਦੀ ਇੱਕ ਦੀ ਡੈਥੋ ਕੀ ਸ਼ੀਤਾ ਸੁਰਖਪੁਰੀਆ ਪਿੰਦੂ ਭਾਈ ਸਪੇਨ ਟੀਟੂ ਭਾਈ ਮਤਲਬ ਠਾਣੇਦਾਰ ਭਾਈ ਬਹੁਤ ਜ਼ਿਆਦੇ ਪਲੇਅਰ ਸਾਡੇ ਪਿੰਡ ਦਾ ਸੁਰਖਪੁ ਹੁਣ ਆ ਗਏ ਆ ਹੁਣ ਤੇ ਅਹੀਂ ਮਾੜਾ ਮੋਟਾ ਕਰੀ ਜਾਂਦੇ ਦੋਨੇ ਭਰਾ ਟਾਈਮpass ਮਤਲਬ ਬਹੁਤ ਜਿਆਦਾ ਪਲੇਅਰ ਹੋਏ ਹੁਣ ਮੇਰਾ ਭਰਾ ਵੱਡਾ ਬਿੱਲਾ ਸੁਰਖਪੁਰੀਆ ਕੈਨੇਡਾ ਹੁਣ ਖੇਡ ਕੇ ਆ ਅਹੀਂ ਸਾਰੇ ਜਿੱਦਾਂ ਬਹੁਤ ਵਧੀਆ ਸਾਡੇ ਪਿੰਡ ਨੂੰ ਬੜਾ ਮਾਣ ਆ ਸਾਨੂੰ ਬੜੀ ਖੁਸ਼ੀ ਹੋਵੇ ਅਸੀਂ ਸੁਰਖਪੁਰ ਦੇ ਆ ਸੁਰਖਪੁਰ ਵਾਲੋਂ ਖੇਡਦੇ ਆ ਸੁਰਖਪੁਰ ਦੀ ਸਾਡੀ ਅਕੈਡਮੀ ਆ ਬਹੁਤ ਖੁਸ਼ੀ ਸਾਨੂੰ ਭਾਜੀ ਜਦੋਂ ਪਹਿਲੀ ਵਾਰ ਆਏ ਫਿਰ ਬੇਬੇ ਨੂੰ ਕਹਿ ਕੇ ਕਿ ਬੇਬੇ ਮੈਂ ਵੀ ਬਸ ਨਾਂ ਦੇ ਅੱਗੇ ਸੁਰਖਪੁਰ ਲਾ ਲੈਣਾ ਔਰ ਮੈਦਾਨ ਜਾਣਾ ਅਹੀਂ ਭਾਜੀ ਨਾਂ ਪਹਿਲੋਂ ਸੁਰਖਪੁਰ ਲਾਈਦਾ ਮਗਰ ਆਪਣਾ ਨਾਂ ਲਾਈਦਾ ਸਾਨੂੰ ਬੜਾ ਮਾਣ ਆ ਸੁਰਖਪੁਰ ਤੇ ਜੇ ਹੋ ਸਕਦਾ ਸੁਰਖਪੁਰ ਨਾ ਹੁੰਦੇ ਜਾਂ ਸੁਰਖਪੁਰ ਨਹੀਂ ਨਾ ਕਰਦੇ ਅਸੀਂ ਅੱਜ ਇੱਥੇ ਨਾ ਹੁੰਦੇ ਇਸ ਗਰਾਉਂਡ 'ਚ ਅਸੀਂ ਉੱਠੇ ਆ ਅਸੀਂ ਦੋਨੇ ਭਰਾਵਾਂ ਤਿੰਨੇ ਭਰਾ ਹੀ ਇਸੇ ਗਰਾਉਂਡ 'ਚ ਪਹਿਲੇ ਦਿਨ ਤੋਂ ਆਏ ਆ ਅੱਜ ਵੀ ਇਸੇ ਗਰਾਉਂਡ 'ਚ ਆ ਤੇ ਇਸੇ ਪਿੰਡ ਲਈ ਖੇਡਦੇ ਆ ਤੁਹਾਨੂੰ ਦੇਖਦੇ ਕਿ ਲੱਗੇ ਇਹਨਾਂ ਨੂੰ ਲੱਗ ਕੇ ਕਿਵੇਂ ਇਹ ਜਿੰਦਾ ਭਾਜੀ ਪਹਿਲਾਂ ਨਹੀਂ ਖੇਡਦਾ ਸੀ ਘਟ ਖੇਡਦਾ ਜਿੰਦਾ ਮੈਂ ਇਹਨੂੰ ਖੇਡਣ ਖੁੱਡਣ ਲੈ ਜਾਣਾ ਇਦਾਂ ਹੀ ਨਾਲੇ ਨੇ ਮਤਲਬ ਕਦੀ ਜਾਣਾ ਕਦੀ ਕਹਣਾ ਮੈਂ ਨਹੀਂ ਜਾਣਾ ਕਦੀ ਇਹਨੂੰ ਸ਼ੌਂਕ ਪਹਿਲਾਂ ਮਤਲਬ ਹੈ ਨਹੀਂ ਸੀ ਨਾ ਕਬੱਡੀ ਦਾ ਵੀ ਤਾਂ ਹੌਲੀ ਹੌਲੀ ਖੇਡਣ ਲੱ ਹੁਣ ਕੋਈ ਮੈਨੂੰ ਲੱਗਦਾ ਇਦਾਂ ਦੀ ਕੌਂਟਰੀ ਨਹੀਂ ਹੋਣੀ ਜਿੱਥੇ ਨਹੀਂ ਗਿਆ ਕੋਈ ਇਦਾਂ ਟੂਰਨਾਮੈਂਟ ਨਹੀਂ ਹੋਣਾ ਜਿੱਥੇ ਨਹੀਂ ਬੈਸਟ ਨਿਕਲਿਆ ਬੜੇ ਬੰਦਾ ਯੋਰ ਨਾਮ ਆ ਇਹਦਾ ਵੀ ਬੜੇ ਮੇਰੇ ਭਰਾ ਵਾ ਸਕਿਆ ਭਰਾਵਾਂ ਨਾਲ ਉਹਨਾਂ ਸਾਹਿਬ ਕਿਵੇਂ ਹੀ ਵੱਧ ਕੇ ਆ ਵੀ ਮਾਸੀ ਦੇ ਮੁੰਡੇ ਨਹੀਂ ਹੁੰਦਾ ਵੀ ਇੱਕੋ ਜੰਮੇ ਭਰਾ ਨਹੀਂ ਹੁੰਦੇ ਦਿਲ ਮਿਲੇ ਆਂਦੇ ਹੁੰਦਾ ਤੇ ਅਸੀਂ ਆ ਵੀ ਇਵੇਂ ਬੜਾ ਇਹਨੇ ਸਟਰਗਲ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਮਤਲਬ ਅਸੀਂ ਮੋਟਰਸਾਈਕਲ ਇਕੱਠਿਆਂ ਨੇ ਜਾਣਾ 2007 ਤੋਂ ਲੈ ਕੇ ਮੈਨੂੰ ਲੱਗਦਾ ਵੀ ਅਸੀਂ 13 14 ਤੱਕ ਅਸੀਂ ਮੋਟਰਸਾਈਕਲ ਦੇ ਕੋਈ ਪੰਜਾਬ ਦਾ ਕੋਨਾ ਨਹੀਂ ਛੱਡਿਆ ਜਿੱਥੇ ਨਹੀਂ ਦੋਨੇ ਜਾਂਦੇ ਰਹੇ ਇਹ ਨਾਲ ਹੀ ਬਸ ਜਾਣਾ ਕਿਤੇ ਨੂੰ ਮੌਕਾ ਮਿਲਿਆ ਖੇਡਣਾ ਕਿਤੇ ਮੈਚ ਉੱਤੇ ਕਰਕੇ ਇਹਨੂੰ ਮੌਕਾ ਦੇਣਾ ਇਹ ਨਹੀਂ ਜਿਦਾ ਹੁਣ ਕਈ ਪਲੇਅਰ ਕਹਿੰਦੇ ਸਾਡਾ ਸੀ ਠੰਡਾ ਗਿਆ ਹਾਰਨ ਤੋਂ ਬਾਹਰ ਲੱਗਣਾ ਨਹੀਂ ਜਿਹਨੂੰ ਲਾਸਟ ਦੋ ਮਿੰਟਾਂ ਮੌਕਾ ਦਿੰਦਾ ਉੱਥੇ ਵੀ ਆਪਣਾ ਕੰਮ ਇਹਨੇ ਕਰਨਾ ਇਹ ਨਹੀਂ ਕਹਣਾ ਮੇਰਾ ਠੰਡਾ ਵਸਰੀ ਮੈਂ ਕਿਦਾਂ ਲੱਗ ਉਦੋਂ ਵੀ ਲੱਗਦਾ ਰਿਹਾ ਕਈ ਅਸੀਂ ਅਕੈਡਮੀਆ ਬਦਲੀਆਂ ਦੋਨਾਂ ਨੇ ਮਤਲਬ ਜਦੋਂ ਸਿੱਖਦੇ ਹੀ ਬੰਦੇ ਨਹੀਂ ਕਿ ਅਕੈਡਮੀ ਜਾਣਾ ਮੈਂ ਬੜਾ ਚਲੋ ਗੱਲਾਂ ਹੋਣਾ ਬਾਕੀ ਟੀਵੀ ਦੇ ਕਰਦੀਆਂ ਵੀ ਬੜਾ ਕੁਛ ਅਸੀਂ ਮਤਲਬ ਹੁਣ ਮਹਾਰਾਜ ਦੀ ਪੂਰੀ ਕਰ ਪਾਵਾ ਜੀ ਬਸ ਐਂਡ ਦੀ ਗੱਲ ਇ ਈ ਰਹਿਦਾ ਚੁਆਇਸ ਹੈਗੀ ਜ਼ਿੰਦਗੀ ਦੀ ਵੀ ਕਬੱਡੀ ਦੇ ਵਿੱਚ ਹੋਰ ਨਾਮ ਬਣਾਉਣਾ ਜਾਂ ਹੋਰ ਅੱਗੇ ਕੀ ਕਰ ਸਕਦੇ ਆ ਭਾਜੀ ਹੁਣ ਨਾ ਇਦੋਂ ਵੱਧ ਨਹੀਂ ਮਤਲਬ ਆਪਾਂ ਬਣਾ ਸਕਦੇ ਜਦੋਂ ਬੰਦਾ ਆਪਣੀ ਲਾਈਫ ਤੋਂ ਸੰਤੋਸ਼ਟ ਹੈ ਨਾ ਖੁਸ਼ ਆ ਤੇ ਬਸ ਉਹਨੂੰ ਉੱਥੇ ਇਹ ਮਤਲਬ ਉਹਨੂੰ ਸੰਤੋਸ਼ਟ ਰਹਿਣਾ ਚਾਹੀਦਾ ਹੁਣ ਗਾਂ ਦੀ ਗੱਲ ਲਾਲਚ ਆ ਜਿੰਨਾ ਮਰਜੀ ਆਪਾਂ ਵਧਾ ਲਈਏ ਠੀਕ ਨਹੀਂ ਆਪਾਂ ਸੰਤੋਸ਼ਟ ਆ ਵੀ ਆਪਾਂ ਜਿਹੜਾ ਜੋ ਕੰਮ ਚਾਹੁੰਦੇ ਸੀ ਸਾਡਾ ਹੋਇਆ ਹਨਾ ਮਤਲਬ ਕਬੱਡੀ ਨੇ ਸਾਡਾ ਇੱਥੇ ਤੱਕ ਅਸੀਂ ਪਹੁੰਚੇ ਕਬੱਡੀ ਕਰਕੇ ਬੰਜੇ ਆ ਸਾਰੀਆਂ ਕੰਟਰੀਆਂ ਘੋਬਲੀਆਂ ਘਰਬਾਰ ਬਣ ਗਿਆ ਸਾਰੀ ਫੈਮਿਲੀ ਸਾਡੀ ਸੈਟ ਮਤਲਬ ਕਲੀ-ਕਲੀ ਕੰਟਰੀ ਸੈਟ ਆ ਤੇ ਅਹੀਂ ਮੈਂ ਇਤੋਂ ਜ਼ਿਆਦਾ ਆਪਾਂ ਕੀ ਚਾਹੁੰਦੇ ਬੰਦਾ ਇਹੋ ਹੀ ਚਾਹੁੰਦਾ ਵੀ ਮੇਰਾ ਪਰਿਵਾਰ ਖੁਸ਼ ਹੋਵੇ ਤੇ ਉਹ ਸੈਟ ਹੋਵੇ ਵੈਲ ਸੈਟ ਸਾਰੇ ਇਹੋ ਚਾਹੁੰਦੇ ਆ ਆਪਾਂ ਉਹ ਸਾਰੇ ਖੁਸ਼ ਆਣ ਭਾਈ ਉਹਦੇ ਤੁਹਾਨੂੰ ਕੋਈ ਯਾਦ ਕੋਈ ਤੁਸੀਂ ਸਾਂਝੀ ਕਰਨੀ ਚਾਹੇ ਥੋੜੇ ਵੀ ਕਿੰਨੀਆਂ ਕਿ ਸੱਟਾਂ ਲੱਗੀਆਂ ਥੋੜੇ ਕੇ ਵਿਚਾਰਿਆ ਨਹੀਂ ਮੇਰੇ ਵੀ ਇੰਜਰੀ ਆਈ 2017 ਚ ਪਹਿਲੀ ਵਾਰ ਹੀ ਆਹੀਂ ਖੇਡਣ ਕੈਨੇਡਾ ਪਹਿਲੇ ਟੂਰਨਾਮੈਂਟ ਤੇ ਲੱਗ ਗਈ ਸੀ ਤੇ ਬਾਅਦ ਚ ਆਣ ਕੇ ਮਨ ਮੈਂ ਤਾਂ ਮੁੰਡੇ ਕੀ ਸੀ ਸਰਜਰੀ ਕਰਾਉਣੀ ਪਈ ਆ ਕੇ ਹਾਂਜੀ ਉਥੇ ਕਰਾਈ ਕੈਨੇਡਾ ਸਰਜਰੀ ਨਹੀਂ ਇੱਥੇ ਆਣ ਕੇ ਮੁੰਬਈ ਤੋਂ ਕਰਾਈ ਜਾ ਕੇ ਹਾਂਜੀ ਕਿੰਨੇ ਟਾਈਮ ਬਾਅਦ ਰਿਕਵਰੀ ਹੋਈ ਫਿਰ 8-9 ਮਹੀਨੇ ਲੱਗ ਗਏ ਹੀ ਰਿਕਵਰੀ ਨੂੰ ਹਾਂਜੀ ਫਿਰ 8-9 ਮਹੀਨੇ ਬਾਅਦ ਲਾਪੇ ਖੇਡਣਾ ਹਾਂਜੀ ਜਦੋਂ ਇੱਕ ਵਾਰ ਇੰਜਰੀ ਹੋ ਜਾਂਦੀ ਹੈ ਫਿਰ ਥੋੜਾ ਬਾਅਦ ਡਰ ਵੀ ਲੱਗਦਾ ਜਾਂ ਜਦੋਂ ਸੈੱਟ ਹੋਣ ਤੋਂ ਬਾਅਦ ਫਿਰ ਚੱਲ ਸੋ ਚੱਲ ਫਿਰ ਤਾਂ ਇੱਕ ਹਿਸਾਬ ਦੇ ਨਵੇਂ ਸਿਰੋਂ ਹੀ ਕੰਮ ਹੋ ਜਾਂਦਾ ਜੀ ਬਿਲਕੁਲ ਹੀ ਬੰਦਾ ਸਾਰੀ ਮਿਹਨਤ ਦਵਾ ਨਵੇਂ ਸਿਰੋਂ ਹੀ ਬੰਦਾ ਐਨ ਜੀਰੋ ਹੋ ਜਾਂਦਾ ਇਦਾਂ ਹੋ ਜਾਂਦਾ ਮੈਨੂੰ ਤਾਂ ਲੱਗਦਾ ਖੇਡ ਹੀ ਨਹੀਂ ਹੋਣਾ ਹੌਲੀ ਹੌਲੀ ਬੰਦਾ ਆਪਣੀ ਮਿਹਨਤ ਕਰਦਾ ਚਲੋ ਮਿਹਨਤ ਕਰਨੇ ਨਾਲ ਰੱਬ ਦੇਖਦਾ ਹਾਂਜੀ ਉੱਤੇ ਸਾਰਾ ਲੱਗਿਆ ਇਦਾਂ ਕਿ ਯਾਰ ਮਿਹਨਤ ਵੀ ਬਹੁਤ ਲਾਈ ਆ ਇੰਜਰੀ ਹੋ ਗਈ ਬਸ ਹੁਣ ਰਹਿਣ ਦੀ ਸੈਟ ਤਾਂ ਹੋਈ ਗਈਆਂ ਹੁਣ ਕਿ ਚਸਕਾ ਹੀ ਇਦਾਂ ਦਾ ਕਿ ਕਹਿੰਦੇ ਨਹੀਂ ਚੱਲ ਸੋ ਚੱਲ ਚੱਲ ਸੋ ਚੱਲ ਇਹ ਤਾਂ ਚਸਕਾ ਹੀ ਆ ਇਹ ਤਾਂ ਜਿੰਨਾ ਚਿਰ ਹਾਂਜੀ ਕਬੱਡੀ ਦਾ ਜੇ ਇਹਨੂੰ ਸ਼ੌਂਕ ਪੈ ਗਿਆ ਬਸ ਉਹ ਤਾਂ ਹੋਈ ਹਾਂਜੀ ਜਿੰਨਾ ਚਿਰ ਮਰਨ ਤਾਈ ਨਾਲ ਹੀ ਜਾਂਦਾ ਹਾਂਜੀ ਕੀ ਕਿਹਾ ਜਾਂਦਾ ਯਾਦੇ ਬਾਈ ਤੇ ਹਾਲਾਂਕਿ ਤੁਸੀਂ ਸੀਨੀਅਰ ਹੋ ਇਹਨਾਂ ਦੇ ਔਰ ਵੱਡੇ ਭਰਾਵੇਂ ਤਾਂ ਕਰਕੇ ਮੈਂ ਜਿਆਦਾ ਸਵਾਲ ਔਰ ਬਾਈ ਹੁਣੀ ਥੋੜੇ ਸ਼ਰਮੀਲੇ ਸੁਭਾਅ ਦੇ ਨੇ ਸੰਗਦੇ ਵੀ ਨਹੀਂ ਕਹਿੰਦੇ ਕੈਮਰੇ ਤੇ ਬਹੁਤਾ ਬੋਲਣਾ ਨਹੀਂ ਮੈਂ ਤੇ ਇਹ ਚੀਜ਼ ਮੈਂ ਜ਼ਰੂਰ ਜਾਣਨੀ ਚਾਹਣਾ ਜਿਹੜਾ ਕਬੱਡੀ ਮਾਂ ਖੇਡ ਕਬੱਡੀ ਕਿਹਾ ਜਾਂਦਾ ਔਰ ਕਬੱਡੀ ਦੇ ਨਾਂ ਤੋਂ ਪਹਿਲਾਂ ਵੀ ਸਾਡੇ ਪੰਜਾਬੀ ਦੇ ਕਬੱਡੀ ਨਾਂ ਲੈਣ ਤੋਂ ਵੀ ਪਹਿਲਾਂ ਕਹਿੰਦੇ ਮਾਂ ਖੇਡ ਕਬੱਡੀ ਮਾਂ ਜੁੜ ਜਾਂਦਾ ਜਿੱਥੇ ਤਾਂ ਬਹੁਤ ਆਦਰ ਹੁੰਦਾ ਸਤਕਾਰ ਹੁੰਦਾ ਬਹੁਤ ਰਿਸਪੈਕਟ ਹੁੰਦੀ ਆ ਪਰ ਜਿਹੜੀਆਂ ਪਿਛਲੇ ਸਮੇਂ ਤੋਂ ਜੋ ਕੁਝ ਹੋਇਆ ਕਬੱਡੀ ਦੇ ਵਿੱਚ ਇਹਨਾਂ ਸਾਰੇ ਇਨਸੀਡੈਂਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਹਿੰਦੇ ਖਿਡਾਰੀ ਪੰਜਾਬ ਦੇ ਵਿੱਚ ਘੱਟ ਤੇ ਬਾਹਰ ਖੇਡਣਾ ਜ਼ਿਆਦਾ ਪਸੰਦ ਕਰ ਰਹੇ ਹੈ ਕਬੱਡੀ ਤੁਸੀਂ ਦੇਖੋ ਆ ਸਾਲ ਦੇ ਵਿੱਚ ਪਿਛਲੇ ਸਾਲਾਂ ਨਾਲੋਂ ਕਿੱਥੇ ਚਲ ਗਈ ਆ ਕੋਈ ਪਲੇਅਰ ਬਾਹਰੋਂ ਗਿਆ ਆਣ ਕੇ ਤੇ ਖੇੜੇ ਖੁਸ਼ ਨਹੀਂ ਜਿਹੜੇ ਇੱਥੇ ਉਹ ਮੈਚਾਂ ਦੇ ਜੇ ਖੁਸ਼ ਨਹੀਂਗੇ ਸਾਰਿਆਂ ਨੂੰ ਪਤਾ ਭਾਜੀ ਇਹ ਗੱਲਾਂ ਦਾ ਮੈਂ ਬਹੁਤ ਇੱਥੇ ਰੌਲਾ ਪਾਇਆ ਪਿੰਨੋ ਬਥੇਰਾ ਬੋਲੇ ਆ ਕੋਈ ਮੇਰਾ ਧਿਆਨ ਦਿੰਦਾ ਨਹੀਂ ਉਦੋਂ ਜਦੋਂ ਮੈਂ ਕਾਫੀ ਕੱਲਾਂ ਦੇ ਮੈਂ ਬੋਲਿਆ ਕਾਫੀ ਬੰਦਿਆਂ ਨੇ ਕੀਤਾ ਵਾ ਹੁਣ ਇਹਦੇ ਵਿੱਚ ਇੱਕ ਬੰਦਾ ਬੋਲ ਕੇ ਨਾ ਸਾਰੇ ਉਦੋਂ ਕਿਹਾ ਸਾਰੇ ਬੰਦਿਆਂ ਆਪ ਇਕੱਠੇ ਹੋਈਏ ਮੈਂ ਇਸ ਟੌਪਿਕ ਨੂੰ ਜ਼ਰੂਰ ਹੋ ਕਰਨਾ ਚਾਹਣਾ ਵੀ ਵਿਦੇਸ਼ਾਂ ਦੇ ਵਿੱਚ ਕੀ ਡਾਲਰ ਜ਼ਿਆਦਾ ਪਾਉਂਡ ਜ਼ਿਆਦਾ ਜਾਂ ਇਧਰ ਰਿਸਪੈਕਟ ਘਟ ਰਹੀ ਆ ਇਹੋ ਜਿਹਾ ਵੀ ਕੁਝ ਹੈ ਜੀ ਹੁਣ ਰਿਸਪੈਕਟ ਤੇ ਇੰਡੀਆ ਦੇ ਵਿੱਚ ਹੀ ਆ ਕਮਾਂ ਖੇਡ ਕਬੱਡੀ ਹੁਣ ਇੰਡੀਆ ਤੋਂ ਪਲੇਅਰ ਖੇਡਦੇ ਆ ਪੰਜਾਬ 'ਚ ਖੇਡਦੇ ਉਹਨਾਂ ਦੀ ਗੱਲ ਬਾਹਰ ਦੀ ਹੁੰਦੀ ਆ ਤੇ ਬਾਹਰ ਤੇ ਚਲੋ ਆਪਣੇ ਜਿਹੜੇ ਪ੍ਰਮੋਟਰ ਵਿਚਾਰੀ ਨਾ ਪੈਸਾ ਲਾਉਂਦੇ ਕਬੱਡੀ ਨੂੰ ਉਹਨਾਂ ਨੇ ਮਤਲਬ ਕੱਲੇ ਕੱਲੇ ਪਲੇਅਰ ਦਾ ਮੁੱਲ ਪਾਉਂਦੇ ਆ ਪ੍ਰਮੋਟਰਾਂ ਤੋਂ ਬਿਨਾਂ ਤਾਂ ਕਬੱਡੀ ਹੈਗੀ ਨਹੀਂਗੀ ਜੇ ਆਪਾਂ ਕਹੀਏ ਨਾ ਪ੍ਰਮੋਟਰਾਂ ਦਾ ਬਿਨਾਂ ਕਬੱਡੀ ਨਹੀਂ ਹੈਗੀ ਉਹਨਾਂ ਤੋਂ ਬਿਨਾਂ ਆਪਾਂ ਪਲੇਅਰ ਕਾਹੇ ਜੋਗੇ ਨਹੀਂ ਹੈਗੇ ਉਹ ਚਾਰੇ ਇੰਨਾ ਆਪਣੇ ਘਰ ਤੋਂ ਪੈਸਾ ਲਾਉਂਦੇ ਕਬੱਡੀ ਨੂੰ ਨਾ ਚੱਕਦੇ ਆ ਪਰ ਮੇਨ ਇਹ ਖੇਡ ਮਤਲਬ ਪੰਜਾਬ ਤੋਂ ਹੁਣ ਪਲੇਅਰ ਸ ਨੇ ਹੋ ਸਕਦੀ ਪੰਜਾਬ ਚ ਆਪਣੇ ਆਪ ਨੂੰ ਸਾਬਤ ਕਰਨਗੇ ਵੀ ਆ ਕੁਝ ਕਰਦੇ ਫਿਰ ਉਹਨਾਂ ਦੀ ਗੱਲ ਹੁੰਦੀ ਆ ਪੰਜਾਬ ਖੇਡਣਾ ਬਹੁਤ ਜੁਰੀ ਪਰ ਹੁਣ ਮਾਹੌਲ ਜਿਦਾ ਪੰਜਾਬ ਖੇਡਣ ਵਾਲਾ ਹੈਗਾ ਨਹੀਂਗਾ ਭਾਜੀ ਬੜੀਆਂ ਪ੍ਰੋਬਲਮਾਂ ਹੁੰਦੀਆਂ ਸਾਰਿਆਂ ਨੂੰ ਪਤਾ ਆ ਉਹਨੇ ਬਚੇ ਤੇ ਜੀ ਗੱਲ ਕਰੀ ਤਾਂ ਬਹੁਤ ਸਾਰੇ ਕਹਿੰਦੇ ਖਿਡਾਰੀ ਮੈਂ ਕਈ ਜਿਹੜਿਆਂ ਨਾਲ ਗੱਲ ਕੀਤੀ ਪਿਛਲੇ ਦਿਨੀ ਸੁਰਜਨ ਚੱਠਾ ਹੋਣਾ ਨਾਲ ਇੱਕ ਇੰਟਰਵਿਊ ਕੀਤਾ ਤਾਂ ਉਹ ਕਹਿੰਦੇ ਬਹੁਤ ਸਾਰੇ ਖਿਡਾਰੀ ਨਸ਼ਾ ਕਰਕੇ ਜਾਂਦੇ ਕਹਿੰਦੇ ਅਸੀਂ ਬਹੁਤ ਵਰਜਦੇ ਆ ਇਹਨਾਂ ਚੀਜ਼ਾਂ ਨੂੰ ਤਾਨੂੰ ਇਹ ਚੀਜ਼ ਕਿਉਂਕਿ ਤੁਸੀਂ ਕਦੇ ਤੁਹਾਨੂੰ ਕਿਸੇ ਨੇ ਪ੍ਰੈਸ਼ਰਾਈਜ਼ ਕੀਤਾ ਕਿ ਭਾਈ ਆ ਟੀਕਾ ਲਾ ਕੇ ਕਰੋ ਜਾਂ ਇਹ ਚੀਜ਼ਾਂ ਇਸ ਤਰ੍ਹਾਂ ਦਾ ਜੇ ਤੁਸੀਂ ਸਾਂਝਾ ਕਰਨਾ ਚਾਹੋ ਕੰਫਰਟੇਬਲ ਹੋ ਕੇ ਸਭ ਕੋਈ ਚੀਜ਼ ਨਹੀਂ ਉਹਨਾਂ ਨੂੰ ਪਤਾ ਹਨ ਉਹ ਜਿਹੜੇ ਪਲੇਅਰ ਨਸ਼ਾ ਕਰ ਹਿੰਦੇ ਖੇਡਦੇ ਹਿੰ ਉਹਨਾਂ ਦੀ ਇੰਨੇ ਸਾਲ ਖੇਡੇ ਹਿੰ ਤੇ ਕੋਈ ਨਸ਼ਾ ਕਰਕੇ ਖੇਡੇ ਨਹੀਂਗੇ ਠੀਕ ਹੈ ਨਾ ਇੰਨੇ ਸਾਲ ਖੇਡੇ ਆ ਜੋ ਕਹਿੰਦੇ ਨਸ਼ਾ ਕਰਕੇ ਫਿਰ ਸਾਫ ਕਰਦੇ ਨੇ ਹਨਾ ਕਿਹੜੇ ਖੇਡੇ ਨਸ਼ਾ ਕਰ ਆਪ ਤਾਂ ਨਹੀਂ ਖੇਡੇ ਸਾਡੀ ਟੀਮ ਇੰਨੇ ਚਿਰ ਤੋਂ ਖੇਡਦੀ ਆ ਰਹੀ ਆ ਸਾਡੇ ਬੜੇ ਵਧੀਆ ਸਾਰੇ ਪਲੇਅਰ ਖੇਡਦੇ ਆ ਨਹੀਂ ਉਹਨਾਂ ਨੇ ਕਿ ਕੋਸ਼ਿਕ ਜਿਹੜੇ ਆ ਉਹ ਆਪਦਾ ਉਹ ਕੋਸ਼ਿਕ ਆਪਾਂ ਹੁਣ ਇਦਾਂ ਨਾਂ ਲੈ ਦੇਣਾ ਕੋਸ਼ਿਕ ਹੁਣ ਮੈਂ ਕਹਿ ਦਿੰਦਾ ਵੀ ਕੋਸ਼ਿਕ ਆ ਉਹ ਬੰਦੇ ਇਦਾਂ ਕਰਦੇ ਇਦਾਂ ਹੀ ਨੋ ਜੁੜਾ ਆਪਾਂ ਕਿਸੇ ਦਾ ਕਹਿਣਾ ਆਪਾਂ ਨਾਂ ਲੈ ਕੇ ਗੱਲ ਕਰੀਏ ਐਵੇਂ ਹਵਾ ਆਪਾਂ ਨਾਂ ਇਦਾਂ ਕਰੀਏ ਬਾਕੀ ਮੈਨੂੰ ਨਹੀਂ ਪਤਾ ਵੀ ਨਾਂ ਮੈਂ ਤੁਹਾਡੀ ਉਹ ਇੰਟਰਵਿਊ ਸੁਣੀ ਆ ਵੀ ਕੀ ਬੋਲਿਆ ਕੀ ਨਹੀਂ ਹਣ ਤੁਸੀਂ ਦੱਸਿਆ ਤੇ ਆਪਾਂ ਗੱਲ ਕੀਤੀ ਪਰ ਆਪਾਂ ਨੂੰ ਨਹੀਂ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਹੁਣ ਪਲੇਅਰ ਇੰਨੇ ਸਾਲ ਖੇਡ ਕੇ ਨਸ਼ਾ ਕਰ ਕੇ ਖੇਡ ਕੇ ਉਹਨਾਂ ਦਾ ਸ਼ਾਹ ਉਹਦਾ ਪੰਜਾਬੀ ਥੋੜਾ ਵਾ ਹੁਣ ਇੱਥੇ ਉਹਦਾ ਇਹ ਨਹੀਂ ਸਾਡੇ ਨਸ਼ਾ ਕੋਈ ਡਾ ਨਹੀਂ ਕਬੱਡੀ ਨੂੰ ਬਦਨਾਮ ਜ਼ਿਆਦਾ ਕੀਤਾ ਨਸ਼ਾ ਹੈ ਨੀਗਾ ਬਈ ਇੱਕ ਚੀਜ਼ ਮੈਂ ਜ਼ਰੂਰ ਜਾਣਨੀ ਚਾਹਨਾ ਜਿਹੜੇ ਪ੍ਰਾਣੇ ਕਬੱਡੀ ਖਿਡਾਰੀ ਨੇ ਬਹੁਤ ਸਾਰੇ ਮੈਂ ਇੰਟਰਵਿਊ ਸੁਣੇ ਕਹਿੰਦੇ ਸੱਟਾਂ ਬਹੁਤ ਤੰਗ ਕਰਦੀਆਂ ਕਬੱਡੀ ਖਿਡਾਰੀਆਂ ਨੂੰ ਹਾਂਜੀ ਜਿਹੜੀਆਂ ਸੱਟਾਂ ਖੇਡ ਦੇ ਟਾਈਮ ਲੱਗ ਜਾਂਦੀਆਂ ਜਵਾਨੀ ਚ ਤਾਂ ਚਲੋ ਖਰਾਕਾਂ ਹੁੰਦੀਆਂ ਪਰ ਬੁਢਾਪੇ ਦੇ ਵਿੱਚ ਬਹੁਤ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਭਾਜੀ ਉਹ ਕਬੱਡੀ ਜਿਹੜੀ ਆਪਣੀ ਮਾਂ ਖੇੜ ਕਬੱਡੀ ਹੈ ਨਾ ਇਹ ਸੱਟਾਂ ਆ ਜੀ ਆਪਾਂ ਨੂੰ ਸੱਟਾਂ ਨੂੰ ਮੰਨ ਕੇ ਚੱਲਾਂਗੇ ਫਿਰ ਕੋਈ ਵੀ ਪਲੇਅਰ ਵਾ ਕੋਈ ਵੀ ਮਾਂ ਪੇ ਚਾਊਗਾ ਨਹੀਂ ਮੇਰਾ ਬੱਚਾ ਕਬੱਡੀ 'ਚ ਪਵੇ ਸੱਟਾਂ ਪਹਿਲੇ ਨੰਬਰ ਤੇ ਆ ਇਹ ਕਬੱਡੀ ਖੇੜੀ ਇਦਾਂ ਦੀ ਆ ਮਤਲਬ ਇੱਕ ਦੂਜੇ ਜੀ ਆਪਾਂ ਵਾਜ ਦੇ ਕੰਧਾਂ 'ਚ ਵੱਜਣ ਵਾਲਾ ਕੰਮ ਆ ਭਾਈ ਸੱਟਾਂ ਤਾਂ ਲੱਗਣੀਆਂ ਹੀ ਆ ਚਲੋ ਕਈ ਕਰਮਾਂ ਵਾਲੇ ਪਲੇਅਰ ਆ ਜਿਨ੍ਹਾਂ ਦੇ ਅਸੀਂ ਇਹੋ ਅਰਦਾਸ ਕਰਦੇ ਕਿਸੇ ਦੇ ਵੀ ਨਾ ਲੱਗੇ ਕਈਆਂ ਤੇ ਲੱਗਦੇ ਆ ਕਈਆਂ ਜਿਆਦੀਆਂ ਲੱਗ ਜਾਂਦੀਆਂ ਤੁਹਾਨੂੰ ਮੈਂ ਦੱਸਿਆ ਆਪਣੇ ਮੇਰੇ ਕਾਫੀ ਜਿਆਦੀਆਂ ਸੱਟਾਂ ਲੱਗੀਆਂ ਆਈਆਂ ਮੇਰੇ ਬ੍ਰਦਰ ਆ ਇਹਦੇ ਵਿਚਾਰੇ ਦੇ ਵੀ ਸਰਜਰੀ ਹੋਈ ਆ ਹਨਾ ਹੁਣ ਸੱਟਾਂ ਤੇ ਕਬੱਡੀ ਜੀ ਭਾਜੀ ਲੱਗਣੀਆਂ ਹੀ ਲੱਗਣੀਆਂ ਠੀਕ ਆ ਨੀ ਪਰ ਆਪਾਂ ਰਿਕਵਰ ਕਰਨਾ ਕਿਦਾਂ ਠੀਕ ਆ ਨਾ ਆਪਾਂ ਕਿੰਨੀ ਟ੍ਰੇਨਿੰਗ ਕਰਨੀ ਕਿਦਾਂ ਪ੍ਰੈਕਟਿਸ ਕਰਨੀ ਉਹ ਆਪਣੇ ਤੇ ਆਣਾ ਸੱਟਾਂ ਜੀ ਆਪਾਂ ਮੰਨੀਆਂ ਵੀ ਨਹੀਂ ਸੱਟਾਂ ਗਾ ਬੁਟਾਪੇ ਜਿਹਾ ਉਹ ਸਾਰਿਆਂ ਨੇ ਪਤਾ ਹੀ ਆ ਠੀਕ ਨਹੀਂ ਭਾਜੀ ਉਹ ਹੁੰਦਾ ਵਾ ਮੁੜ ਕੇ ਕਬੱਡੀ ਦਾ ਦੇ ਹੁਣਾਂ ਦਾ ਨਾ ਸਿਸਟਮ ਥੋੜਾ ਜਿਆਦਾ ਵੀਜੀ ਚੱਲ ਰਿਹਾ ਹੈ ਫੋਨ ਬਹੁਤ ਜਿਆਦਾ ਆਉਂਦੇ ਇਹਨਾਂ ਨੂੰ ਸਰਕਲ ਵਿੱਚ ਲੱਗਦਾ ਇਹਨਾਂ ਦਾ ਜਿਆਦਾ ਵੱਡਾ ਤੁਹਾਡੇ ਨਾਲੋਂ ਇਹਦਾ ਹੁਣ ਸਰਕਲ ਹੁਣ ਜ਼ਿੰਮੇਵਾਰੀਆਂ ਨੇ ਐਤ ਕੀ ਹੁਣ ਜਦੋਂ ਅਸੀਂ ਬਾਹਰੋਂ ਆਏ ਹਾਂ ਜਿਆਦਾ ਵੀ ਉਤਨੀ ਕਰ ਰਹੇ ਕਿ ਤੇ ਇਧਰ ਨਹੀਂ ਨਹੀਂ ਵਿਆਹ ਇਹਦਾ ਹੋ ਗਿਆ ਬੇਟਾ ਇਹਦੇ ਹੋਇਆ ਹੁਣ ਹੁਣ ਬੇਟਾ ਹੋਇਆ ਹੁਣ ਆਇਆ ਇਹ ਵੀ ਕੈਨੇਡਾ ਤੋਂ ਮੈਂ ਜਿਹਦਾ ਇਹ ਤੋਂ 20 ਕੁ 25 ਦਿਨ ਪਹਿਲਾਂ ਆ ਗਿਆ ਇਹ ਹੁਣ ਬਾਅਦ ਆਇਆ ਹੁਣ ਇਹਦੀ ਟੀਮ ਟੂਮ ਦੀਆਂ ਕਬੱਡੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਇਹਨੂੰ ਬਜੀ ਅੱਗੇ ਜਿਹਦਾ ਸਾਰਾ ਕੁਝ ਮੈਂ ਕਰ ਲੈਂਦਾ ਸੀ ਤੇ ਹੁਣ ਜ਼ਿੰਮੇਵਾਰੀਆਂ ਸਾਰੀਆਂ ਇਹ ਤੋਂ ਆ ਵੀ ਕੀ ਤੂੰ ਕਰਨਾ ਟੀਮ ਬਣਾਉਣੀ ਚਲਾਉਣੀ ਕੀ ਸਾਰੀ ਜ਼ਿੰਮੇਵਾਰੀਆਂ ਹੁਣ ਇਹਦੇ ਕੋਲ ਆ ਇਹ ਬਾਕੀ ਤੁਸੀਂ ਨਾ ਸਵਾਲ ਜਵਾਬ ਕਰਾਉ ਤੁਹਾਨੂੰ ਦੱਸ ਦਿੰਦਾ ਹਾਂ ਨਾ ਤੇ ਯੋਧੇ ਭਾਈ ਥੋੜੀ ਤਾਂ ਉਮਰ ਜਦੋਂ ਤੁਸੀਂ ਬਾਈ ਉਹਨਾਂ ਨੂੰ ਗੁਰੂ ਉਸਤਾਦ ਸਾਰਾ ਕੁਝ ਧਾਰਿਆ ਕਿਤੇ ਜਦੋਂ ਤੋਂ ਤੁਹਾਡੀ ਪੜ੍ਹਨ ਲਿਖਣ ਦੀ ਔਰ ਖਾਸਨ ਖੇਡਣ ਦੀ ਹਸਨ ਦੀ ਉਮਰ ਸੀ ਔਰ ਉਦੋਂ ਵੀ ਤੁਸੀਂ ਇਧਰਲੇ ਬੰਨੇ ਆ ਗਏ ਕੋਈ ਇਸ਼ਕੁਸ਼ਕ ਫੈ ਤੁਹਾਨੂੰ ਮੈਂ ਇਹ ਸਵਾਲ ਤਾਂ ਪੁੱਛ ਲੀਏ ਤੁਹਾਨੂੰ ਕਿ ਨਾ ਨਾ ਇਸ਼ਕੇ ਤੇ ਕਬੱਡੀ ਨਾ ਹੀ ਆ ਭਾਈ ਆਪਣਾ ਪਹਿਲਾ ਇਸ਼ਕ ਕਬੱਡੀ ਆ ਹਾਂਜੀ ਪਹਿਲਾ ਇਸ਼ਕ ਕਬੱਡੀ ਆ ਹਾਂਜੀ ਸ਼ੁਰੂ ਤੋਂ ਤਾਂ ਲੱਗੇ ਹੋਏ ਨੇ ਕਿਨੇ ਕਿਨੇ ਟਾਈਮ ਨਹੀਂ ਮਿਲਿਆ ਇਨਾ ਇਸ਼ਕੁਸ਼ਕਾਂ ਦਾ ਮੈਂ ਤੇ ਸੋਸ਼ਲ ਮੀਡੀਆ ਤੇ ਕੋਈ ਮੈਸੇਜ ਮੂਸੇ ਤੁਹਾਨੂੰ ਕਹਿੰਦੇ ਸਮਾਰਟ ਮੁੰਡੇ ਨੂੰ ਬਹੁਤ ਮੈਸੇਜ ਮੂਸੇ ਆਉਂਦੇ ਆ ਕੋਈ ਨਾਂ ਵੀ ਚੰਗਾ ਬਣਾਇਆ ਹੈ ਛੋਟੀ ਉਮਰੇ ਨਾਂ ਚੰਗਾ ਬਣਾਇਆ ਕਹਿੰਦੇ ਨਹੀਂ ਮੈਸੇਜ ਮੂਸੀ ਚਲੋ ਸਾਰੇ ਪਿਆਰ ਕਰਦੇ ਆ ਮੈਸੇਜਾਂ ਵਾਲੇ ਹਾਂ ਹਾਂਜੀ ਬਾਕੀ ਠੀਕ ਆ ਇੰਨੀਆਂ ਹੀ ਗੱਲਾਂ ਹੋ ਗਈਆਂ ਸਹੀ ਟਰੈਕ ਤੇ ਰਹੇ ਹੋ ਜੇ ਹਾਂਜੀ ਹਾਂਜੀ ਬੱਜੇ ਰਹੇ ਹਜੇ ਤਾਈ ਹੁਣ ਤਾਂ ਹੀ ਹਾਂਜੀ ਹੁਣ ਤਾਂ ਚਲੋ ਅੱਗੇ ਬਚਣਾ ਹੀ ਹੈ ਕਿਉਂਕਿ ਜ਼ਿੰਮੇਵਾਰੀਆਂ ਪੈ ਗਈਆਂ ਹੁਣ ਤੁਸੀਂ ਬਾਪੂ ਵੀ ਬਣ ਗਏ ਹੋ ਇੱਕ ਮੁੰਡਾ ਤੁਹਾਡੇ ਹਾਂਜੀ ਗਾੜੀ ਨਿਆਣੇ ਹੋ ਗਿਆ ਹੁਣ ਤਾਂ ਵਿਆਹ ਹੋ ਗਿਆ ਹੁਣ ਤਾਂ ਕੰਮ ਨਿਬੜ ਗਿਆ ਭਾਈ ਨਿਬੜ ਗਿਆ ਨਵੇੜਾ ਹੋ ਗਿਆ ਹੈ ਹਾਂਜੀ ਫੋਰਸ ਕਰਕੇ ਵਿਆਹ ਕਰਿਆ ਕਿ ਆਪੇ ਕਿਹਾ ਸੀ ਭਾਈ ਹੁਣ ਮੇਰਾ ਵਿਆਹ ਕਰ ਦੋ ਨਹੀਂ ਨਹੀਂ ਆਪੇ ਬਸ ਹੋ ਗਿਆ ਇਦਾਂ ਹੀ ਹਾਂਜੀ ਇੱਥੇ ਵੀ ਇਹਨਾਂ ਦੀ ਚੱਲੀ ਸੀ ਬਾਈ ਯਾਦੇ ਹੁਣਾਂ ਦੀ ਕਿ ਨਹੀਂ ਭਾਈ ਜੋਧਿਆ ਤੂੰ ਹੱਥੋਂ ਨਿਕਲਦਾ ਜਾ ਰਿਹਾ ਤੈਨੂੰ ਹੁਣ ਬੰਨ੍ਹ ਦੇਣਾ ਸੀ ਘੇਰਾਵਲਤਾ ਆਲੇ ਦੁਆਲੇ ਨਹੀਂ ਨਹੀਂ ਚਲੋ ਇਦਾਂ ਹੀ ਹਾਂਜੀ ਇਦਾਂ ਦੀ ਕੋਈ ਜ਼ਬਰਦਸਤੀ ਨਹੀਂ ਇਦਾਂ ਹੀ ਹੋ ਗਿਆ ਆਪੇ ਹਾਂਜੀ ਰਸਤਾ ਚਲੋ ਠੀਕ ਹੈ ਨੇ ਬੜੀਆ ਗੱਲ ਮੈਰੀ ਸੀ ਅਰੇਂਜ ਮੈਰੀ ਸੀ ਅਰੇਂਜ ਜੀ ਅਰੇਂਜ ਜੀ ਇਹ ਤਾਂ ਹਾਸੇ ਖੇਡਦੀਆਂ ਗੱਲਾਂ ਸੀ ਹਾਸਾ ਵੀ ਬਹੁਤ ਜ਼ਰੂਰੀ ਹੈ ਕਹਿੰਦੇ ਸਮਾਈਲ ਵਜ ਤੋਂ ਤੁਹਾਡੇ ਚਿਹਰੇ ਤੇ ਹਮੇਸ਼ਾ ਸਮਾਈਲ ਹੁੰਦੀ ਹੈ ਤੇ ਬਾਈ ਯਾ ਤੇ ਬਈ ਤੁਸੀਂ ਥੋੜਾ ਸੀਰੀਅਸ ਰਹਿੰਦੇ ਹੋ ਸੀਰੀਅਸ ਜਿ ਦੇਖਦੇ ਹਾਂ ਇਹ ਥੋੜਾ ਜਿਹਾ ਇਹਨਾਂ ਦਾ ਫੇਸ ਜਿਹੜਾ ਇਹ ਸਮਾਈਲ ਇਹ ਵੀ ਹੁਣ ਅੱਜ ਦਾ ਵੀ ਸਾਨੂੰ ਸੀਰੀਅਸ ਦਿਖਿਆ ਕਰੂਗਾ ਅੱਜ ਦਾ ਹੁਣ ਇੱਥੇ ਆ ਹੁਣ ਸੀਰੀਅਸ ਇੰਨੇ ਹੋਇਆ ਕਹਿੰਦਾ ਮੈਂ ਹੁਣ ਹੱਸਦਾਰਿਆ ਕਰਨਾ ਵਾ ਇਹੋ ਜੀ ਕੀ ਗੱਲ ਸਾਰੀਆਂ ਟੈਨਸ਼ਨ ਇਹਨੂੰ ਦਿੱਤੀਆਂ ਨਾ ਸਾਰੀ ਜਿਹੜਾ ਮੋਢਿਆਂ ਤੇ ਭਾਰ ਚੁੱਕਿਆ ਹੋਇਆ ਸੀ ਸਾਰਾ ਇਹਨੂੰ ਹੁਣ ਇਹਨੂੰ ਦਿੱਤਾ ਆ ਕਦੋਂ ਤੋਂ ਦਿੱਤਾ ਹੁਣ ਐਦ ਕੀ ਹੁਣ ਜਦੋਂ ਇਹ ਹੁਣ ਆਇਆ ਕੈਨੇਡਾ ਤੋਂ ਹੁਣ ਵਾਪਸ ਪਹਿਲੋਂ ਮਤਲਬ ਪਹਿਲੋਂ ਇਹਨੂੰ ਮੈਂ ਜਦਾਂ ਕਹਿੰਦੇ ਜਿੱਥੇ ਵੀ ਇਹਦੀ ਗੱਲਬਾਤ ਸਾਰਾ ਕੁਝ ਕਰਦਾ ਮੈਂ ਹੀ ਕਰਦਾ ਸੀਗਾ ਜਿੱਥੇ ਖੇਡਣਾ ਕੀ ਕਰਨਾ ਕੀ ਨਹੀਂ ਹੁਣ ਇਹਨੂੰ ਗਿਆ ਵੀ ਤੂੰ ਕਰਿਆ ਕਰ ਗੱਲਬਾਤ ਸਾਰੀ ਚਾਹ ਉਹਨੂੰ ਕਹਿਤਾ ਵੀ ਵੱਡਾ ਹੋ ਗਿਆ ਤੂੰ ਜ਼ਿੰਮੇਵਾਰੀਆਂ ਦਾ ਬੋਝ ਪਾ ਦੇਣਾ ਜਿਹੜੀ ਦਵਾਬਾ ਬੋੜ ਸੀ ਜ਼ਿੰਮੇਵਾਰੀ ਸਾਰੀ ਇਹਨੂੰ ਦੇਤੀ ਜਿਹੜੀ ਆਪਣੀ ਅਕੈਡਮੀ ਚੱਲਦੀ ਆ ਉਹ ਸਾਰੀ ਜ਼ਿੰਮੇਵਾਰੀ ਇਹਦੇ ਕੋਲ ਆ ਅਕੈਡ ਆਪਣੇ ਇੱਥੇ ਸਾਰੇ ਪੰਜਾਬ 'ਚ ਜਿਹੜੇ ਮੈਚ ਟੂਰਨਾਮੈਂਟ ਹੁੰਦੇ ਅਕੈਡਮੀਆ ਦੇ ਵਿੱਚ ਆਪਣੀ ਦਵਾਬਾ ਹੋ ਰਹੀ ਐ ਸਕੈਡਮੀ ਹਾਂਜੀ ਇੱਥੇ ਚੱਲਦੀ ਐ ਹਾਂਜੀ ਔਰ ਕਿੰਨੇ ਬੱਚੇ ਨੇ ਉੱਥੇ ਜਾਂ ਕਿੰਨੇ ਪਲੇਅਰ ਕਿੰਨੇ ਨੇ ਪਲੇਅਰ ਪਲੇਅਰ ਸਟਾਰ ਪਲੇਅਰ ਹੀ ਆ ਸਾਰੇ ਵਿੱਚ ਆ ਉਹ ਘਰਾਂ ਤੋਂ ਹੀ ਆਉਂਦੇ ਉਹ ਜਿੱਥੇ ਮੈਚ ਹੁੰਦੇ ਸਿੱਧਾ ਹਾਂਜੀ ਹਾਂਜੀ ਨਵੇਂ ਨੂੰ ਟ੍ਰੇਨਿੰਗ ਵਾਸਤੇ ਵੀ ਕੁਝ ਉੱਥੇ ਰੱਖਿਆ ਬਾਤ ਇੱਥੇ ਕਰਾਂਗੇ ਹੁਣ ਅਗਲੇ ਸਾਲ ਕਰਾਂਗੇ ਹਾਂਜੀ ਇੱਥੇ ਕਮਰਿਆਂ ਦੇ ਵਿੱਚ ਹਜੇ ਏਅਰ ਕੇਡਾਰੀਆਂ ਦਾ ਬੋਝ ਪੈ ਗਿਆ ਤੁਹਾਡੇ ਤੇ ਕਿਹੋ ਜਿਹਾ ਅਹਿਸਾਸ ਸ ਜ਼ਿੰਮੇਵਾਰੀਆਂ ਦਾ ਸਾਸਮ ਜਿੰਮੇਵਾਰੀਆਂ ਹੁਣ ਦੇਖੋ ਹੁਣ ਭਾਈਆ ਡਾਕਟਰ ਨਹੀਂ ਕਰੀਆਂ ਜ਼ਿੰਮੇਵਾਰੀਆਂ ਕਿਹਾ ਜੇ ਵੱਡਾ ਭਰਾ ਹੈਗਾ ਕਹਿੰਦੇ ਚੱਲ ਭਾਈ ਨਾਲ ਬਸ ਰਲ ਮਿਲ ਕੇ ਕਰੀ ਜਾਣਾ ਇਦਾਂ ਹੀ ਹਾਂਜੀ ਜ਼ਿੰਮੇਵਾਰੀਆਂ ਪੈ ਜਾਣੀਆਂ ਤਾਂ ਫਿਰ ਸਟ੍ਰੈਸ ਵਧੂਗਾ ਸਟ੍ਰੈਸ ਅ ਕਦੀ ਲਈ ਨਹੀਂ ਆਪਾਂ ਅਜੇ ਇਹ ਪੈ ਜੂ ਦੇਖਾਂਗੇ ਤੇ ਕਹਿੰਦੇ ਭਾਈ ਹੁਣੀ ਕਹਿੰਦੇ ਕਹਿੰਦੇ ਹੁਣ ਇਹ ਸੀਰੀਅਸ ਦਿਖਾਇ ਕਰੂ ਹੱਸਦਾ ਨਾ ਇਹ ਹੁਣ ਸੀਰੀਅਸ ਨਜ਼ਰ ਆਇਆ ਕਰੂਗਾ ਯਾਰ ਇਹਦਾ ਚਲੋ ਦੇਖੋ ਹੁਣ ਗਾੜੀ ਜਾ ਕੇ ਪਤਾ ਲੱਗੂ ਭਾਈ ਜੀ ਹਾਂਜੀ ਟੈਸਟ ਕੀਤਾ ਨਹੀਂ ਜ਼ਿੰਮੇਵਾਰੀ ਦਾ ਭਾਈ ਨੇ ਤੇ ਔਰ ਕੋਈ ਗੱਲ ਨਿੱਜੀ ਜ਼ਿੰਦਗੀ ਦਾ ਕੋਈ ਤਜਰਬਾ ਜਿਹੜਾ ਤੁਹਾਨੂੰ ਤੰਗ ਕਰਦਾ ਹੋਵੇ ਕਦੇ ਇਹੋ ਜੀ ਗੱਲ ਹੈ ਬਈ ਦਿਮਾਗ ਦੇ ਵਿੱਚ ਕਦੇ ਆਉਂਦੀ ਹੈ ਗੱਲ ਦਿਮਾਗ ਦੇ ਵਿੱਚ ਯਾਰ ਆਹ ਕੰਮ ਨਹੀਂ ਹੋਣਾ ਚਾਹੀਦਾ ਸੀਗਾ ਜਾਂ ਦੇ ਕੰਮ ਗਲਤ ਹੋ ਗਿਆ ਹੁਣ ਆ ਕਈ ਟੀਮਾਂ ਵਾਲੇ ਕਰਦੇ ਆ ਜਿਹਦਾ ਲੋਕਾਂ ਦੇ ਘਰਾਂ ਦੇ ਵਿੱਚ ਫਾੜਕ ਪਾਉਂਦੇ ਭਰਾਵਾਂ 'ਚ ਜਿਹਦਾ ਇੱਕ ਦੂਜੇ ਨੂੰ ਦੂਰ ਕਰਨ ਦੀਆਂ ਟਰਾਈਆਂ ਕਰਦੇ ਆ ਕੋਸ਼ਕ ਪ੍ਰਮੋਟਰ ਆ ਕੋਸ਼ਕ ਇਥੇ ਕੋਚ ਆ ਐਵੇਂ ਟੀਮਾਂ ਤੋੜੀ ਜਾਣੀਆਂ ਕਿਸੇ ਨੂੰ ਫੋਨ ਕਰੀ ਜਣੇ ਤੂੰ ਇਧਰੋਂ ਖੇਡਦੇ ਨੂੰ ਇੰਨੇ ਪੈਸੇ ਦੇਣੇ ਤੋ ਇਦਾਂ ਇਹ ਬੰਦ ਹੋਣਾ ਚਾਹੀਦਾ ਜਿਹੜਾ ਪਲੇਅਰ ਜਿੱਥੇ ਜੁੜਿਆ ਜਿੱਥੇ ਉਹਦੇ ਇਹ ਗੱਲ ਕਹਿੰਦਾ ਵੀ ਪ੍ਰੋਮੋਟਰਾਂ ਨੂੰ ਵੀ ਬੇਨਤੀ ਇਹੋ ਕਰਦਾ ਵੀ ਤੁਸੀਂ ਮਤਲਬ ਕੋਈ ਬਣੀ ਬਣਾਈ ਕਿਸੇ ਦੀ ਟੀਮ ਕਿਸੇ ਦਾ ਘਰ ਨਹੀਂ ਖਰਾਬ ਕਰਨਾ ਚਾਹੀਦਾ ਤੁਹਾਡੇ ਹੀ ਬੱਚੇ ਆ ਕੋਈ ਚਾਵੇ ਵੀ ਇੱਕ ਦੂਜਾ ਇੱਕ ਬੱਚਾ ਤੁਹਾਡਾ ਉਧਰ ਜਾਵੇ ਇੱਕ ਉਧਰ ਜਾਵੇ ਤੁਹਾਨੂੰ ਕਿੱਦਾਂ ਲੱਗੂਗਾ ਇਹੋ ਮੈਂ ਕੋਚਾਂ ਨੂੰ ਇੱਥੇ ਬੇਨਤੀ ਕਰਦਾ ਵੀ ਤੁਹਾਡਾ ਰੋਜ਼ਗਾਰ ਤੁਹਾਡਾ ਕਬੱਡੀ ਆ ਕਬੱਡੀ ਦੇ ਸਿਰ ਤੋਂ ਆਪਾਂ ਸਾਰੇ ਪਲੇਅਰ ਆ ਬਹੁਤ ਪਰਿਵਾਰ ਆ ਕਬੱਡੀ ਤੋਂ ਚੱਲਦੇ ਆ ਵੀ ਸਾਰਾ ਆਪਣਾ ਰੋਜ਼ਗਾਰ ਕਬੱਡੀ ਤੋਂ ਖਾਂਦੇ ਆਪਾਂ ਕਬੱਡੀ ਤੋਂ ਆ ਫੇ ਵੀ ਆਪਾਂ ਕਬੱਡੀ ਦਾ ਹੀ ਨੁਕਸਾਨ ਕਰੀਏ ਕਿਉਂ ਕਰਨਾ ਕਬੱਡੀ ਦੇ ਪਲੇਅਰਾਂ ਨੂੰ ਇੱਕ ਦੂਜੇ ਨਾਲ ਪਾੜੀ ਜਾਣਾ ਝੂਠ ਸੱਚ ਬੋਲੀ ਜਾਣਾ ਇੰਨੇ ਪੈਸੇ ਪੈਸੇ ਨਾਲ ਆਪਾਂ ਜ਼ਮੀਨਾਂ ਖਰੀਦ ਸਕਦੇ ਹਾਂ ਸਮਝੌਤੇ ਕਰ ਸਕਦੇ ਆਪਾਂ ਜ਼ਮੀਰਾਂ ਨਹੀਂ ਖਰੀਦ ਸਕਦੇ ਇਹੋ ਹੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿਸੇ ਦਾ ਘਰ ਕਿਸੇ ਦੀ ਟੀਮ ਜਿਹੜੀ ਟੀਮ ਦੀ ਇੱਕ ਘਰ ਵਾਂਗ ਹੁੰਦਾ ਪਰਿਵਾਰ ਹੁੰਦਾ ਇਹ ਕਿਸੇ ਦਾ ਨਾਂ ਤੋੜਿਆ ਜਾਵੇ ਪੈਸੇ ਨਾਲ ਤੁਸੀਂ ਪਹੁੰਚ ਪਲੇਅਰ ਦਾ ਕੋਈ ਮੁੱਲ ਹੀ ਨਹੀਂਗਾ ਲੱਖਾਂ ਕਰੋੜਾਂ ਰੁਪਏ ਪਲੇਅਰ ਦਾ ਕੋਈ ਮੁੱਲ ਨਹੀਂਗਾ ਪਰ ਤੁਸੀਂ ਕਿਸੇ ਦਾ ਮਤਲਬ ਘਰ ਨਾ ਖਰਾਬ ਕਰੋ ਤੁਹਾਡੇ ਦੋਹਾਂ ਭਰਾਵਾਂ ਦੇ ਵਿੱਚ ਵੀ ਪਾੜ ਪਾਉਣ ਦੀ ਹੋਈ ਕੋਸ਼ਿਸ਼ ਕਰ ਬਹੁਤ ਬਹੁਤ ਹੁਣ ਤਾਂ ਕੋ ਚੱਲੀ ਜਾਂਦੀ ਬੜਿਆਂ ਸਾਲਾਂ ਤੋਂ ਚੱਲਦੀ ਆਉਂਦੀ ਆ ਉਹ ਤੇ ਜੇ ਅਸੀਂ ਇੱਕ ਪਰਿਵਾਰ ਜੋ ਇੱਕ ਘਰ ਚੋਂ ਨਾ ਹੋਈਏ ਤਾਂ ਹੁਣ ਉਹਦੇ ਬੜਿਆ ਚਰਦਾ ਸਾਨੂੰ ਵੱਖਰੇ ਵੱਖਰੇ ਕਰ ਦਿੱਤਾ ਹੋਣਾ ਸੀ ਹਜੇ ਤੱਕ ਚੱਲੀ ਜਾਂਦੀਆਂ ਪਾਲਸੀਆਂ ਬਹੁਤ ਇਹਦੇ ਕਈ ਕੋਜ ਆ ਕਿ ਪ੍ਰਮੋਟਰੇ ਨਾ ਹਟੇ ਤਾਂ ਮੈਂ ਅਗਲੀ ਇੰਟਰਵਿਊ ਦਾ ਨਾਮ ਲਾਉਂਗਾ ਚੰਗੀ ਤਰ੍ਹਾਂ ਗੱਲ ਕਰਾਂਗਾ ਮੈਂ ਚਾਹੁੰਦਾ ਵੀ ਉਹ ਹਟ ਜਾਣਾ ਵੀ ਨਾ ਸਾਨੂੰ ਖਰਾਬ ਕਰਨ ਬੜੀ ਸੋਹਣੀ ਸਾਡੇ ਪਿੰਡ ਦੀ ਟੀਮ ਸਾਡੀ ਕਿ ਵਾਰਨਿੰਗ ਵੀ ਹੈ ਉਹਨਾਂ ਨੂੰ ਸਿੱਧੀ ਵਾਰਨਿੰਗ ਆ ਮੈਂ ਚਾਹੁੰਦਾ ਹਟ ਜਾਣਾ ਵੀ ਨਾ ਹਟੇ ਫਿਰ ਅਗਲੀ ਇੰਟਰਵਿਊ ਨਾ ਲਿਆ ਤਾਂ ਕਹਾਂਗਾ ਵੀ ਆਪ ਆਪਣੇ ਤੇ ਉਹਨਾਂ ਦੇ ਹੁਣ ਬੱਚੇ ਚਲੋ ਛੱਡੋ ਮੈਂ ਕੀ ਗੱਲ ਕਰਨੀ ਆ ਹਨਾ ਅਗਲੀ ਇੰਟਰਵਿਊ ਜੇ ਆਪਾਂ ਗੱਲ ਕਰਾਂਗੇ ਵੀ ਇਸ ਚੀਜ਼ ਨੂੰ ਆਪਾਂ ਕੀਪਤਾ ਇੰਨੇ ਨਾਲ ਹੀ ਕੰਨ ਹੋ ਜਾਣ ਔਰ ਜਿਵੇਂ ਤੁਸੀਂ ਬੜਾ ਸੀਰੀਅਸ ਗੱਲ ਕਹੀ ਐ ਜਿਵੇਂ ਦੋਵੇਂ ਭਰਾ ਹੋ ਤੁਸੀਂ ਮਨ ਲਓ ਤੁਹਾਡੀ ਤਾਂ ਇਹਨਾਂ ਦੀ ਥਾਂ ਤੇ ਇਹਨਾਂ ਦਾ ਇਹਨਾਂ ਤੇ ਪੂਰਾ ਕੰਟਰੋਲ ਆ ਤੁਹਾਡਾ ਪਾਜੀ ਜਿੱਦਾਂ ਯੂਦੇ ਦੇ ਉੱਪਰ ਆਪਾਂ ਤੁਸੀਂ ਆ ਤੁਹਾਡੇ ਬੱਚੇ ਹੋਣ ਬੱਚੇ ਨੂੰ ਆਪਾਂ ਜੰਮਿਆ ਪਾਲਿਆ ਵੱਡਾ ਕੀਤਾ ਉਹ ਗਾਂ ਉਹਨੂੰ ਆਪਾਂ ਕੋਈ ਸਿੱਖਿਆ ਦਿੱਤੀ ਆ ਉਹ ਤੁਹਾਡਾ ਬੱਚਾ ਤੁਹਾਨੂੰ ਆ ਕੇ ਆਪਣੇ ਪਿਓ ਨੂੰ ਮਤਲਬ ਕਹੇ ਵੀ ਮੈਂ ਤੇਰੇ ਉਲਟਵਾ ਤੇਰੇ ਇਦਾਂ ਮੈਂ ਨਾ ਫੇ ਤੁਹਾਨੂੰ ਕਿਦਾਂ ਲਖੂਗਾ ਇਦਾਂ ਇਹਨੂੰ ਮੈਂ ਤਿਆਰ ਕੀਤਾ ਛੋਟੇ ਹੁੰਦਿਆਂ ਤੋਂ ਬਚਪਨ ਜੋਂ ਤਿਆਰ ਕੀਤਾ ਸਾਰਾ ਟ੍ਰੇਨਿੰਗ ਕਰਾਈ ਮੈਚਾਂ ਲੈ ਗਿਆ ਇਹਨੂੰ ਹੁਣ ਕੱਲ ਨੂੰ ਬੰਦੇ ਆਣ ਕਹਿਣ ਵੀ ਤੂੰ ਇਦਾਂ ਕਰ ਦੇ ਤੂੰ ਕਿਦਾਂ ਛੱਡ ਦੂਗਾ ਭਾਈ ਉਹ ਦੇ ਦੇ ਤੇ ਜਿਵੇਂ ਜ਼ਿੰਮੇਵਾਰੀਆਂ ਭਾਈ ਹੁਣ ਇਹ ਕਹਿੰਦੇ ਜਿਆਦਾ ਪਾਤੀਆਂ ਤੇ ਯਾਦਦੇ ਬਾਈ ਹੁਣੀ ਸਾਡੇ ਨਾਲ ਹੀ ਨੇ ਮੈਨੂੰ ਇਹ ਦੱਸੋ ਹੁਣ ਥੋੜਾ ਜਿਹਾ ਮੈਂ ਸੀਰੀਅਸ ਜਿਹੀ ਗੱਲਾਂ ਕਰਨੀਆਂ ਚਾਹੁੰਦਾ ਤੁਹਾਡੇ ਨਾਲ ਹਾਲਾਂਕਿ ਬੰਦੇ ਵੀ ਤੁਸੀਂ ਸੀਰੀਅਸ ਜਿਹੀ ਹੋ ਔਰ ਜੇ ਯਾਦਾ ਸੁਰਖਪੁਰ ਕਬੱਡੀ ਖਿਡਾਰੀ ਨਾ ਹੁੰਦਾ ਔਰ ਫਿਰ ਕੀ ਹੋਣਾ ਸੀਗਾ ਕੀ ਸੋਚਿਆ ਸੀ ਕਿਤੇ ਜ਼ਿੰਦਗੀ ਦੇ ਵਿੱਚ ਵੀ ਇੰਨਾ ਮਾਨ ਸਨਮਾਨ ਮਿਲੂਗਾ ਔਰ ਕਬੱਡੀ ਵਾਲੇ ਬਣੇ ਜਾਣਾ ਭਾਈਤੇ ਬਹੁਤ ਵਧੀਆ ਸਵਾਲ ਕੀਤਾ ਵਾ ਜੇ ਮੈਂ ਕਬੱਡੀ ਖਿਡਾਰੀ ਨਾ ਹੁੰਦਾ ਜੇ ਮੈਂ ਸੁਰਖਪੁਰ ਚ ਜਨਮ ਨਾ ਲੈਂਦਾ ਫੇਰ ਬਾਦਾਂ ਨੇ ਮੈਂ ਕਿਤੇ ਨਾ ਕਿਤੇ ਦਿਹਾੜੀ ਕਰਦਾ ਹੁੰਦਾ ਸਭ ਤੋਂ ਵੱਡੀ ਗੱਲ ਇਹ ਹੈ ਜੇ ਮੈਂ ਸੁਰਖਪੁਰ ਚ ਪੈਦਾ ਹੀ ਨਾ ਹੁੰਦਾ ਸੁਰਖਪੁਰ ਜਿ ਮੇਰਾ ਜਨਮ ਹੋਇਆ ਬੜਾ ਕਰਮਾਂ ਵਾਲਾ ਪਿੰਡ ਆ ਧਰਤੀ ਆ ਜਿਹੜੀ ਕਬੱਡੀ ਕਬੱਡੀ ਨਰਸਰੀ ਆ ਬੜੇ ਸਾਡੇ ਪਿੰਡ ਦੇ ਲੈਜੈਂਡ ਪਲੇਅਰ ਹੋਏ ਇਥੋਂ ਦੇ ਮੈਨੂੰ ਬੜੀ ਮਾਣ ਆ ਵੀ ਮੈਂ ਸਵਰਖਪੁਰ ਚ ਮੇਰਾ ਜਨਮ ਹੋਇਆ ਜੇ ਮੈਂ ਮਤਲਬ ਕਬੱਡੀ ਨਾ ਖੇਡਦਾ ਹੁੰਦਾ ਮੇਰਾ ਡੈਡੀ ਜਿਹਦਾ ਠੇਕੇਦਾਰ ਸੀ ਫੋਰਮੈਨ ਸੀ ਸਾਡਾ ਕਾਰੋਬਾਰ ਸੀਦਾ ਜਿਹਦਾ ਕੰਮਗਰ ਮਿਲਦੇ ਵਿੱਚ ਹਮੇਰੇ ਜੇ ਕੰਮਗਰ ਮੈਂ ਵੀ ਆਪਣੇ ਪਾਪਾ ਨਾਲ ਕੰਮ ਕਰਦਾ ਹਣਾ ਚ ਬੜੀ ਖੁਸ਼ੀ ਆ ਮੇਰੇ ਮਾਪਿਓ ਨੇ ਮੈਨੂੰ ਸਪੋਰਟ ਕੀਤੀ ਮੇਰੇ ਵੱਡੇ ਵਧੇ ਨੇ ਮੇਰੀ ਸਪੋਰਟ ਕੀਤੀ ਹੈ ਮੇਰੇ ਕੋ ਵੱਡੀ ਜਿਹਾ ਆ ਮਤਲਬ ਖੇਡੇ ਮੇਰੇ ਉਸਤਾਦ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਵੀ ਉਹਨੇ ਮੈਨੂੰ ਬਾਹਰ ਦਾ ਦਿਖਾਇਆ ਦੀ ਦੁਨੀਆ ਦੇ ਵਿੱਚ ਤਾਂ ਕਬੱਡੀ ਖੇਡਣਾ ਬਾਹਰ ਲੋਕਾਂ ਵਿੱਚ ਰਿਆ ਤੇ ਮੈਂ ਪਲੇਅਰ ਬਣ ਮੈਂ ਕਰਦਾ ਉਹ ਹੀ ਬਸ ਆਪਣੇ ਇਥੇ ਮਾੜਾ ਮੋੜਾ ਕੰਮ ਜਾ ਕੇ ਬਾਹਰ ਅੰਦਰ ਗਏ ਹੁੰਦਾ ਉਹ ਜੋ ਆਪਣਾ ਕੰਮ ਦਾ ਖੇਤੀ ਬਾੜੀ ਦਾ ਹੁੰਦਾ ਖੇਤੀਬਾੜੀ ਗੱਲ ਲੈਣੀ ਬਸ ਆਹ ਹੀ ਕੰਮ ਸੀ ਭਾਜੀ ਬਾਪੂ ਦਾ ਹੱਥ ਬਣਾ ਲੈਣਾ ਬਾਪੂ ਨਾਲ ਹੱਥਾਂ ਦੀ ਨਾਂ ਚੰਗਾ ਬਣ ਗਿਆ ਵੱਡਾ ਨਾਂ ਹੂੰ ਤੁਸੀਂ ਕਬੱਡੀ ਦਾ ਵਿਦੇਸ਼ ਰਹਿਣਾ ਪਸੰਦ ਕਰਦੇ ਹੋ ਜਾਂ ਪੰਜਾਬ ਦੇ ਨਾਲ ਮੋਹ ਬਰਕਰਾਰ ਹੈ ਮੈਂ ਪੰਜਾਬ ਚ ਮੈਂ ਪੰਜਾਬ ਜੀ ਆਪਣੇ ਪਿੰਡ ਚ ਰਹਿ ਕੇ ਬੜਾ ਖੁਸ਼ ਹਾਂ ਬੜਾ ਮੇਰਾ ਵਧੀਆ ਇੱਥੇ ਸਿਸਟਮ ਹੈ ਸਾਰਾ ਬਹੁਤ ਵਧੀਆ ਪਰ ਇੱਥੇ ਜਿਹੜਾ ਮਾਹੌਲ ਬੜਾ ਬਣ ਗਿਆ ਨਾ ਹੁਣ ਰਹਿ ਨਹੀਂ ਸਕਦਾ ਇੱਥੇ ਡਰ ਲੱਗਦਾ ਡਰ ਲੱਗਦਾ ਭਾਜੀ ਜਿੱਦਾਂ ਦਾ ਹੁਣ ਪਿਛੇ ਜੇ ਦੋ ਚਾਰ ਹਾਸੀ ਹੋਏ ਬਹੁਤ ਖਤਰਨਾਕ ਹੋਏ ਬਹੁਤ ਮਾੜੇ ਹੋਏ ਆ ਮੰਦ ਭਾਗੇ ਹੋਏ ਆ ਉਦੋਂ ਕਰਕੇ ਡਰਿਆ ਸਾਡਾ ਪਰਿਵਾਰ ਕੇ ਜਿਹੜੋ ਵੀ ਮਤਲਬ ਡਰਦਾ ਵੀ ਇੱਥੇ ਨਾ ਰਿਹਾ ਨਹੀਂ ਤੇ ਉਦਾਂ ਮੇਰਾ ਬਹੁਤ ਅਹਿਲ ਇੱਥੇ ਮੇਰਾ ਜਿੰਨਾ ਜੀ ਲੱਗਦਾ ਮੇਰਾ ਕਿਦੇ ਵੀ ਨਹੀਂ ਭਾਜੀ ਲੱਗਦਾ ਜੀ ਸੰਦੀਪ ਨੰਗ ਲੰਬੀਆਂ ਤੋਂ ਬਾਅਦ ਵੀ ਜ਼ਿਆਦਾ ਡਰ ਹੋਇਆ ਫੈਮਲੀਆਂ ਨੂੰ ਭਾਜੀ ਉਹ ਸੰਦੀਪ ਨੰਗ ਲੰਬੀਆਂ ਦਾ ਭਾ ਇੱਡਾ ਦੁਨੀਆ ਦੇ ਨਾਲ ਉਹਦੇ ਮੁਕਾਬਲੇ ਜਿਵੇਂ ਲੱਗਦਾ ਨਹੀਂ ਕੋਈ ਪਲੇਅਰ ਹੈਗਾ ਕਿੰਨਾ ਉਹਨੇ ਨਾਂ ਕੀਤਾ ਕਿੰਨਾ ਉਹਨੇ ਕਬੱਡੀ ਦਾ ਕਿੰਨਾ ਪੰਜਾਬ ਦਾ ਸਾਰੇ ਵਰਲਡ ਜੀ ਉਹ ਇਦਾਂ ਦੇ ਮਤਲਬ ਪਲੇਅਰ ਨਾਲ ਇਦਾਂ ਦਾ ਜਿਹੜੀ ਮੰਦਭਾਗੀ ਘਟਨਾ ਹੋਣੀ ਆ ਉਹਦੋਂ ਸਾਰੀ ਦੁਨੀਆ ਦਾ ਦਿਲ ਕੰਬ ਗਿਆ ਸਾਡੇ ਤੇ ਪਰਿਵਾਰ ਦਾ ਕੀ ਹਨਾ ਹੀ ਉਹ ਤੋਂ ਘਟਣਾਂ ਤੋਂ ਬਾਅਦ ਸਾਰੇ ਜਿੰਨਾ ਜ਼ਿਆਦਾ ਵੀ ਮਤਲਬ ਉਹਦੇ ਮਤਲਬ ਹੁਣ ਫੋਰਸ ਕਰਦੇ ਆ ਤੁਸੀਂ ਜਿੰਨੀ ਕਬੱਡੀ ਖੇਡ ਲਈ ਹੈ ਖੇਡ ਲਈ ਬਸ ਹੁਣ ਨਾ ਖੇਡੋ ਵੀ ਆਪਣਾ ਕਿਤੇ ਤੁਸੀਂ ਸੈਟਲ ਹੋ ਪਰਿਵਾਰ ਇਹ ਗੱਲ ਕੇ ਪਰਿਵਾਰ ਹਾਂਜੀ ਕਹਿੰਦਾ ਭਾਜੀ ਕਦੇ ਇਕੱਲੇ ਬਹਿ ਕੇ ਸੋਚਦੇ ਹਾਂ ਕਿ ਅੱਗੇ ਕੀ ਕਰਨਾ ਜਾਂ ਜ਼ਿੰਦਗੀ ਦੇ ਵਿੱਚ ਜੋ ਕੁਝ ਵਾਪਰਿਆ ਜਾਂ ਕਬੱਡੀ ਦੇ ਵਿੱਚ ਜਿੰਨੀਆਂ ਸੱਟਾਂ ਪੇਟਾਂ ਖਾਧੀਆਂ ਨੇ ਕਦੇ ਕੋਈ ਚੀਜ਼ਾਂ ਫੀਲ ਕਰਦੇ ਹਾਂ ਇਕੱਲੇ ਬਹਿ ਕੇ ਕਬੱਡੀ ਖਿਡਾਰੀ ਹੋਣ ਦੇ ਨਾਤੇ ਇੱਕ ਨੌਜਵਾਨ ਹੋਣ ਦੇ ਨਾਤੇ ਪਾਜੀ ਹੁਣ ਫੀਲ ਆਪਾਂ ਕਰਦੇ ਹਾਂ ਚਲੋ ਇੰਨੀਆਂ ਇੰਜਰੀਆਂ ਹੋਈਆਂ ਕਬੱਡੀ ਜਿੰਦਾ ਕਈ ਕੁਝ ਹੋਇਆ ਵਾ ਪਰ ਹੁਣ ਜੇ ਮੰਨ ਲਓ ਵੀ ਅਸੀਂ ਕਬੱਡੀ ਨਾ ਖੇਡਦੇ ਫਿਰ ਆ ਕੁਝ ਹੁਣ ਸਾਡੇ ਇੰਜਰੀਆਂ ਵਗੈਰਾ ਤੁਸੀਂ ਗੱਲ ਕੀਤੀ ਉਹ ਨਹੀਂ ਹੋਣੀਆਂ ਅਸੀਂ ਫਿਰ ਅਸੀਂ ਕੋਈ ਨਾ ਕੋਈ ਕੰਮ ਹੋਰ ਕਰਦੇ ਹੋਣਾ ਅਸੀਂ ਪਰ ਮਤਲਬ ਕਿਤੇ ਨਾ ਕਿਤੇ ਮਨ ਤੋਂ ਅਸੀਂ ਸੰਤੋਸ਼ਟ ਹਾਂ ਵੀ ਮੰਨ ਲਓ ਅਸੀਂ ਕਬੱਡੀ ਖੇਡੀ ਆ ਤਾਂ ਹੀ ਸੱਟਾਂ ਲੱਗੀਆਂ ਤੇ ਗਰਾਉਂਡ 'ਚ ਆਏ ਆ ਆਪਣੀ ਪ੍ਰੈਕਟਿਸ ਕੀਤੀ ਆ ਸਹੀ ਓਕੇ ਹੁਣ ਇੰਜੀਨੀਅਰਾਂ ਦੇ ਲੱਗਣੀਆਂ ਲੱਗਣੀਆਂ ਆ ਭਾਜੀ ਹੁਣ ਕਿਤੇ ਨਾ ਕਿਤੇ ਬਾਹਰ ਹੁ ਜਾ ਕੇ ਹੁਣ ਸੈਟਲ ਹੋਵਾਂਗੇ ਮਤਲਬ ਅਸਾਂ ਵੀ ਰਹਿ ਕੇ ਆਪਾਂ ਖੁਸ਼ ਪੰਜਾਬ 'ਚ ਆਪਣੇ ਪਿੰਡ 'ਚ ਆ ਪਰ ਜਿੱਦਾਂ ਮਾਹੌਲ ਜਿੱਦਾਂ ਦਾ ਬਣ ਗਿਆ ਸਿਸਟਮ ਫੇ ਹੁਣ ਕਿਧਰ ਨਾ ਕਿਧਰ ਸਾਨੂੰ ਬਾਹਰ ਹੀ ਜਾਣਾ ਪੈਣਾ ਭਾਜੀ ਔਰ ਦੇਸ਼ ਕਿਹੜਾ ਚੰਗਾ ਲੱਗਦਾ ਬਾਹਰ ਕਿਹੜੀ ਦੇਸ਼ ਜ਼ਿਆਦਾ ਰਹਿ ਕੇ ਖੁਸ਼ ਹੁੰਨੇ ਮੈਂ ਭਾਜੀ ਨਿਊਜ਼ੀਲੈਂਡ ਮੈਨੂੰ ਸਭ ਤੋਂ ਸੋਹਣੀ ਕੰਟਰੀ ਲੱਗਦੀ ਆ ਮੈਂ ਪਹਿਲਾਂ 2008 ਚ ਵੀ ਗਿਆ ਸੀ ਫੇ ਮੈਂ ਗਿਆ 15 ਚ ਫੇ ਮੈਂ ਹੁਣ 22 ਚ ਜਾ ਕੇ ਆ ਸਭ ਤੋਂ ਸੋਹਣੀ ਕੰਟਰੀ ਸ਼ਾਂਤੀ ਆ ਨਿਊਜ਼ੀਲੈਂਡ ਮੈਨੂੰ ਬਹੁਤ ਵਧੀਆ ਲੱਗਦਾ ਉਹਦਾ ਸਾਰੀਆਂ ਕੰਟਰੀ ਬਹੁਤ ਵਧੀਆ ਕੰਟਰੀਆਂ ਸਾਰੀਆਂ ਵਧੀਆ ਮੈਂ ਅਮਰੀਕਾ ਵੀ ਕਾਫੀ ਵਾਰੀ ਜਾ ਆਂ ਇੰਗਲੈਂਡ ਵੀ ਕੈਨੇਡਾ ਆਸਟ੍ਰੇਲੀਆ ਦੁਬਈ ਬਹਿਰੀਨ ਮਲੇਸ਼ੀਆ ਸਾਰੇ ਜਾ ਆਂ ਪਰ ਜਿੱਥੇ ਮੇਰਾ ਮਤਲਬ ਮੇਰੇ ਮਨ ਨੂੰ ਜਿੱਦਾਂ ਮਤਲਬ ਮਿਲਦੀ ਹੈ ਜਾ ਕੇ ਸ਼ਾਂਤੀ ਮਿਲਦੀ ਹੈ ਉਹ ਹੈਗਾ ਨਿਊਜ਼ੀਲੈਂਡ ਉੱਥਾਂ ਦੇ ਲੋਕਾਂ ਦਾ ਜਿਹੜਾ ਪਿਆਰ ਵਿਚਰਨਾ ਫੈਮਿਲੀ ਸਾਰੇ ਮਤਲਬ ਮੈਨੂੰ ਸਾਰੀਆਂ ਕੰਟਰੀਆਂ ਮੇਰਾ ਬਹੁਤ ਵਧੀਆ ਸਾਡੇ ਪਰਿਵਾਰਕ ਰਿਸ਼ਤੇ ਆ ਸਾਰੀ ਜਗ੍ਹਾ ਪਰ ਨੇਚਰ ਤੁਹਾਨੂੰ ਨਿਊਜ਼ੀਲੈਂਡ ਦੀ ਬਹੁਤ ਜਿਆਦਾ ਵਧੀਆ ਲੱਗਦੀ ਭਾਜੀ ਉੱਥੇ ਜਾ ਕੇ ਜਿੱਦਾਂ ਮੈਨੂੰ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਆ ਜੀ ਰਹਿਣਾ ਹੋਵੇ ਜਾਂ ਦਿਨੇ ਤੱਕ ਨਿਊਜ਼ੀਲੈਂਡ ਹੀ ਰਹੂਗਾ ਭਾਜੀ ਜਦੋਂ ਵੀ ਮੈਨੂੰ ਮੌਕਾ ਮਿਲਿਆ ਉੱਥੇ ਮੇਰੇ ਦੋ ਫਰੈਂਡ ਹੈਗੇ ਬਹੁਤ ਜਿਆਦਾ ਕਲੋਜ਼ ਮਨਵੀਰ ਬਾਲਾ ਤੇ ਮਸਕਾਨ ਉਹਨਾਂ ਨਾਲ ਜਿੱਦਾਂ ਮੇਰਾ ਬਹੁਤ ਜਿਆਦਾ ਪਿਆਰ ਆ ਕਾਫੀ ਟਾਈਮ ਤੋਂ ਜਦੋਂ ਵੀ ਇਹ ਜਾਣਦੇ ਆ ਉੱਤੇ ਮਤਲਬ ਉਹਨਾਂ ਕੋਲੇ ਜਿੰਨਾ ਜ਼ਿਆਦਾ ਆਪਾ ਹੁੰਨਾ ਹੈ ਮਤਲਬ ਉੱਥੇ ਹੀ ਮੈਂ ਰਹਿਣਾ ਜਿੰਦਾ ਜ਼ਿਆਦਾ ਪਸੰਦ ਕਰੂਗਾ ਜਦੋਂ ਵੀ ਮੈਨੂੰ ਮੌਕਾ ਮਿਲਿਆ ਤੇ ਉਹ ਵੀ ਜਿੰਦਾ ਕਿਤੇ ਨਾ ਕਿਤੇ ਮੇਰੀ ਟਰਾਈ ਕਰਦੇ ਰਹਿੰਦੇ ਮੈਨੂੰ ਇੱਥੇ ਆਉਣ ਨਹੀਂ ਦਿੰਦੇ ਹੁਣ ਮੈਂ ਆਇਆ ਮਗਰੇ ਮੇਰਾ ਵੀਜ਼ਾ ਆ ਪਾਤਾ ਉੱਥੇ ਪੱਕਾ ਹੀ ਰੱਖਣ ਵਾਲਾ ਵਰਕ ਵੀਜ਼ਾ ਵੀ ਹੁੰਦਾ ਉਹ ਨਹੀਂ ਭਾਜੀ ਨੂੰ ਇੱਥੇ ਆ ਇਦਾਂ ਰਹਿਣਾ ਇੱਥੇ ਤਾਂ ਮਤਲਬ ਮੇਰਾ ਵੀ ਉੱਥੇ ਜਿੰਦਾ ਜ਼ਿਆਦਾ ਦਿਲ ਲੱਗਦਾ ਮਤਲਬ ਕੰਟਰੀ ਬਹੁਤ ਸੋਹਣੀ ਲੱਗਦੀ ਮੈਨੂੰ ਹੁਣ ਕਿੰਨੀ ਮਿਹਨਤ ਲਾਉਣੀ ਹੈ ਕਿੰਨੇ ਘੰਟੇ ਮੈਂਤ ਲੱਗਦੀ ਆ ਹੁਣ ਪਾਜੀ ਜਿੱਦਾਂ ਹੁਣ ਜਿੱਦਾਂ ਆ ਕੇ ਮੈਂ ਦੁਬਾਰਾ ਜਿੱਦਾਂ ਹੁਣ ਲਾਸਟ ਟਾਈਮ ਆ ਹੁਣ ਨਿਊਜ਼ੀਲੈਂਡ ਤੋਂ ਆਇਆ ਆਣ ਕੇ ਜਿੱਦਾਂ ਘੱਡ ਟ੍ਰੇਨਿੰਗ ਕੀਤੀ ਆ ਇੰਜਰੀ ਇੰਜਰੀ ਕਾਫੀ ਹੋਈਆਂ ਸੀ ਤੇ ਜਿੱਦਾਂ ਹੁਣ ਕਿਤੇ ਨਾ ਕਿਤੇ ਮੈਚ ਤੋਂ ਟੀਮ ਸੱਦਦੇ ਆ ਮਤਲਬ ਜਿਹੜੇ ਲੋਕ ਪਿਆਰ ਕਰਨ ਵਾਲੇ ਚਾਹੁੰਦੇ ਆ ਵੀ ਮਤਲਬ ਜਹਾਦਾ ਵੀ ਆਵੇ ਜੋ ਦਾ ਵੀ ਆਵੇ ਸਾਰੇ ਜੋਤੇ ਹੁਣ ਸਾਰੇ ਮਤਲਬ ਸਾਡੇ ਬੋਇਲਡ ਹੁਣੀ ਹੋਣ ਹੁਣ ਸਾਰੇ ਪਲੇਅਰਾਂ ਦੇ ਲੱਗੀਆਂ ਹੋਈਆਂ ਸੀ ਤੁਹਾਡੇ ਜਿਹੜੀਆਂ ਇੰਜਰੀਆਂ ਕਈ ਕਦੀ ਮੈਚ ਖੇਡਦਾ ਕੱਢ ਕਦੀ ਉਹ ਖੇਡਦੇ ਕੱਢ ਹੁਣ ਕਿਤੇ ਨਾ ਸਾਡੀ ਟੀਮ ਇਕੱਠੀ ਕਿਤੇ ਖੇਡੀ ਨਹੀਂ ਇੱਕ ਅੱਦੇ ਡੂਆਂ ਮੈਦਾਨ ਦੇ ਖੇਡਦੇ ਆ ਹੁਣ ਇਹ ਆ ਵੀ 10 ਕਿ ਦਿਨ ਤੋਂ ਬਾਅਦ ਅਸੀਂ ਸਾਰੇ ਤਿਆਰੀ ਤੋਰੀ ਕਰਕੇ ਸਾਰੇ ਇਕੱਠੇ ਖਟਾਂਗੇ ਮਿਹਨਤ ਵੈਸੇ ਕਿੰਨੇ ਘੰਟੇ ਕਹਿੰਦੇ ਸਿਆਲਾਂ ਦੇ ਵਿੱਚ ਹੀ ਮੁੜਕਾ ਕੱਢਣਾ ਪੈਂਦਾ ਜੇ ਕਬੱਡੀ ਖੇਡਣੀ ਹੈ ਦਾ ਭਾਜੀ ਇਹ ਤਾਂ ਹੁਣ ਧੰਨਵਾਦ ਮਿਹਨਤ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਗਾਫੇ ਵੀ ਆਪਾਂ ਨੂੰ ਨਾਰਮਲ 2-3 ਘੰਟੇ ਦੇ ਕਰਨੀ ਚਾਹੀਦੀ ਆ 2 ਘੰਟੇ ਆਪਾਂ ਕਰ ਲਈਦੀ ਪਈ ਸਵੇਰ ਨੂੰ ਸਵੇਰ ਤਾਂ ਤੜਕੇ ਉੱਠਣਸਾਰ ਗਰਾਊਂਡ ਜਾਂਦੇ ਆ ਜੀ 1.5-2 ਘੰਟ ਦੋਨੇ ਬ੍ਰਾ ਕਲੇ ਨੇ ਸਾਰੇ ਮਤਲਬ ਹੋਰ ਵੀ ਸਾਡੇ ਪ੍ਰੈਨ ਦੇ ਆ ਜਿੰਨੇ ਸਾਰੇ ਕਰਦੇ ਆ ਅਸੀਂ ਦੇ ਕਰਨੀ ਕਰਨੀ ਹੁੰਦਾ ਅਸੀਂ ਦੇ ਲੈਣ ਦੇ ਵਿੱਚ ਹੀ ਭਰੀ ਹੈਗੇ ਕੋਈ ਸੁਧਾਰ ਹੋਣ ਦੀ ਗੁੰਜਾਇਸ਼ ਲੱਗਦੀ ਏ ਤੁਹਾਨੂੰ ਜਾਂ ਕੋਈ ਤੁਹਾਨੂੰ ਕੀ ਲੱਗਦਾ ਮਤਲਬ ਕੀ ਹੋਣਾ ਚਾਹੀਦਾ ਕੁਝ ਲੋਕ ਹੀ ਕਹਿੰਦੇ ਕਹਿੰਦੇ ਕਿ ਫੈਡਰੇਸ਼ਨਾਂ ਜਿਹੜੀਆਂ ਆ ਫੈਡਰੇਸ਼ਨਾਂ ਜਿਹੜੀਆਂ ਨੇ ਉਹ ਗਵਰਨਮੈਂਟ ਆਪਣੇ ਅੰਡਰ ਦੇ ਵਿੱਚ ਲੈ ਲਵੇ ਪੌਸਿਬਿਲਟੀ ਹੈਗੀ ਆ ਜਾਂ ਇਸ ਦੇ ਨਾਲ ਫਾਇਦਾ ਹੋਊਗਾ ਕਬੱਡੀ ਨੂੰ ਬਾਜੀ ਹੁਣ ਸੁਧਾਰ ਤਾਂ ਰੱਬ ਆਖਾਇਆ ਸੁਧਾਰ ਮੈਂ ਹੀ ਇਹੋ ਅਰਦਾਸ ਕਰਦੇ ਆਂ ਵੀ ਕਬੱਡੀ ਚੱਲਦੀ ਰਵੇ ਬੜੇ ਕੰਮ ਦਾ ਰੋਜ਼ਗਾਰ ਚੱਲਦਾ ਭਾਜੀ ਬਹੁਤ ਪਤਾ ਨਹੀਂ ਕਿੰਨੇ ਹਜ਼ਾਰਾਂ ਹੀ ਮਤਲਬ ਇਤੋਂ ਰੋਟੀ ਖਾਂਦੇ ਆ ਚੱਲਦੀ ਰਵੇ ਦਾ ਅਕਸਾਇਦਾ ਨਾ ਖਰਾਬ ਕੀਤਾ ਜਾਵੇ ਮੈਂ ਇਹੋ ਹੀ ਬੇਨਤੀ ਕਰਦਾ ਸਾਰੀਆਂ ਫੈਡੇਸ਼ਨਾਂ ਨੂੰ ਵੀ ਸਰਕਾਰ ਨੂੰ ਵੀ ਕਰਦਾ ਵਾਂ ਤੁਸੀਂ ਜਿੱਦਾਂ ਵੀ ਕਰਕੇ ਦਾ ਭਾਜੀ ਮਤਲਬ ਇਹਨੂੰ ਫੇਰ ਮਾਰਕੀਟ ਕਬੱਡੀ ਨੂੰ ਮਾਰਕੀਟ ਕਬੱਡੀ ਰਹਿਣ ਦਿੱਤਾ ਜਾ ਫੇਰ ਤੁਸੀਂ ਸੀਰੀਅਸ ਗੱਲਾਂ ਕਾਫੀ ਹੋਈਆਂ ਨੇ 2 ਮਿੰਟ ਦਾ ਸਮਾਂ ਖੀਰਲਾ ਥੋੜੀਆਂ ਜੀਆਂ ਨਾਨ ਸੀਰੀਅਸ ਗੱਲਾਂ ਗਾਣੇ ਸੁਣਦੇ ਹੋ ਨੇ ਗਾਣੇ ਨਹੀਂ ਮਾੜਾ ਮਾੜਾ ਮੈਂ ਮੈਨੂੰ ক্রিকেট ਖੇਡਦਾ ਦੇਖ ਲਈਦੇ ਆ ਗਾਣੇ ਵੀ ਅਸੀਂ ਗੱਡੀ ਚਲਾਉਂਦੇ ਉਦੋਂ ਮਿਊਜ਼ਿਕ ਉਦੋਂ ਕੀ ਸੁਣਦੇ ਹੋ ਪੂਰਾ ਪੂਰਾ ਸੁਣੀਦਾ ਜੀ ਕੋਈ ਸਪੈਸਿਫਿਕ ਹੈਗਾ ਕੋਈ ਸਪੈਸਿਫਿਕ ਪਸੰਦ ਹੁੰਦੇ ਆ ਕੋਈ ਕਹਿੰਦਾ ਸਿੱਧੂ ਮੂਸੇਵਾਲਾ ਸੁਣਦਾ ਕੋਈ ਕਹਿੰਦਾ ਮੈਂ ਬੱਬੂ ਮਾਨ ਨੂੰ ਸੁਣਦਾ ਕੋਈ ਕਹਿੰਦਾ ਮੈਂ ਗੁਰਦਾਸ ਮਾਨ ਨੂੰ ਸੁਣਦਾ ਪਹਿਲਾਂ ਅਸੀਂ ਪਹਿਲਾਂ ਗੁਰਦਾਸ ਮਾਨ ਦੇ ਆਪਾਂ ਬਹੁਤ ਫੈਨ ਸੀਗੇ ਫੇ ਹੁਣ ਸਿੱਧੂ ਮੂਸੇਵਾਲੇ ਦੇ ਫੇ ਸਾਡਾ ਭਰਾ ਹੈਗਾ ਹਰਫ ਚੀਮਾ ਹੈਗਾ ਨਵਾਬ ਹੈਗਾ ਮੁੰਡਾ ਮਿੱਠਾ ਜੰਬੇ ਵਾਲਾ ਹੈਗਾ ਬਹੁਤ ਵਧੀਆ ਗਾਉਂਦੇ ਆ ਇਹਨਾਂ ਨੂੰ ਬਹੁ ਮੁਲਾਕਤ ਹੋਈ ਸੀ ਉਸ ਨਾਲ ਨਹੀਂ ਪਾਜੀ ਬਸ ਉਹ ਗੱਡੀਆਂ ਗੱਲਾਂ ਸੱਚੀਆਂ ਸੀ ਗਾਣੇ ਜੋ ਬੋਲਦਾ ਸੀ ਕਈ ਵਲੇ ਬੰਦਾ ਨਾ ਜਦੋਂ ਜਿੰਦਾ ਹੁੰਦਾ ਉਹਦੀ ਮਤਲਬ ਵੈਲਿਊ ਲੋਕੋ ਨੂੰ ਨਾ ਲੱਗਦੇ ਹੁੰਦੇ ਆ ਉਹਨੂੰ ਬਾਅਦ ਜਦੋਂ ਮਤਲਬ ਉਹਦੀ ਜਿਹੜੀ ਫੈਨ ਫੋਲਿੰਗ ਪਹਿਲਾਂ ਵੀ ਬਹੁਤ ਸੀ ਉਹਦੇ ਜਾਣ ਤੋਂ ਬਾਅਦ ਡਬਲ ਟ੍ਰिपल ਹੋ ਗਈ ਆ ਉਹਨੀਆਂ ਗੱਡੇ ਗੱਲਾਂ ਹੀ ਸਾਰਾ ਸੱਚ ਸੀਗਾ ਪਾਜੀ ਬਹੁਤ ਵਧੀਆ ਸੀ ਬਹੁਤ ਪਾਉ ਦੇ ਫੈਨ ਆ ਜੀ ਬਾਲੀਵੁੱਡ ਹਾਲੀਵੁੱਡ ਤੱਕ ਲੋਕੋ ਨੂੰ ਸੁਣਨ ਲੱਗ ਗਏ ਉਸ ਤੋਂ ਬਾਅਦ ਵੀ ਹਾਂਜੀ ਪਾਜੀ ਬਹੁਤ ਜ਼ਿਆਦਾ ਜੀ ਹੁਣ ਤੁਸੀਂ ਦੇਖਦੇ ਆ ਹਰ ਆਮ ਸਾਰਿਆਂ ਨੂੰ ਪਤਾ ਹੀ ਹੁਣ ਦੱਸਣ ਦੀ ਲੋੜ ਹੀ ਨਹੀਂ ਆ ਗਈ ਪਾਜੀ ਹਾਂਜੀ ਵੇਜੋ ਨੌਨ ਵੇਜ ਮੈਂ ਦੋਨੇ ਹੀ ਆ ਹਾਲ ਆਲ ਰਾਊਂਡਰ ਹੈ ਹਾ ਰਾਊਂਡਰ ਵੀਜ ਵੀ ਖਾ ਲੀਦਾ ਨੌਨ ਵੇਜ ਵੀ ਖਾ ਲੀਦਾ ਹਾਂਜੀ ਇੱਕ ਚੀਜ਼ ਮੈਂ ਅਖੀਰਲਾ ਜਾਂ ਮੇਰਾ ਸਵਾਲ ਹੈ ਭਾਈ ਜਿਹੜੇ ਜਿਵੇਂ ਮੈਂ ਕਈ ਕਈ ਜਣੇ ਨਾਲ ਗੱਲ ਕੀਤੀ ਤੁਹਾਡੇ ਇੰਟਰਵਿਊ ਤੋਂ ਪਹਿਲਾਂ ਮਤਲਬ ਉਹਨਾਂ ਲੋਕਾਂ ਨੇ ਪੂਰਾ ਜਿਵੇਂ ਨਹੀਂ ਤਾਂ ਬੰਦਾ ਕੋਈ ਆਪਦੇ ਭਰਾ ਦਾ ਵੀ ਕਲੇਮ ਨਹੀਂ ਕਰ ਸਕਦਾ ਹੁੰਦਾ ਉਹ ਕਹਿੰਦੇ ਕਿਹਦੇ ਨਹੀਂ ਯਾਦੇ ਬਾਰੇ ਤਾਂ ਅਸੀਂ ਮਤਲਬ ਕਹਿਣ ਨੂੰ ਤਿਆਰ ਹਾਂ ਕਿ ਆਦਾ ਯਾਦਾ ਨਹੀਂ ਨਸ਼ੇ ਪਤੇ ਵਾਲੇ ਮਸਲੇ ਦੇ ਵਿੱਚ ਮਤਲਬ ਕਈ ਲੋਕਾਂ ਨੇ ਕਈ ਜਣੇ ਨੇ ਮੇਰੀ ਗੱਲ ਇਹ ਨਹੀਂ ਕਿ ਮੈਂ ਤੁਹਾਡੇ ਨਾਲ ਇੰਟਰਵਿਊ ਕਰ ਰਿਹਾ ਇਸ ਕਰਕੇ ਮੈਂ ਇਹ ਗੱਲ ਕਹਿ ਰਿਹਾ ਜਾਂ ਤੁਹਾਡੇ ਸਾਹਮਣੇ ਖੜਾ ਇਸ ਕਰਕੇ ਗੱਲ ਕਹਿ ਰਿਹਾ ਜਿਹੜੇ ਨਵੇਂ ਮੁੰਡੇ ਨੇ ਉਹ ਸਟੀਰੋਇਡ ਲੈ ਰਹੇ ਨੇ ਜਾਂ ਕਬੱਡੀ ਦੇ ਵਿੱਚ ਮੌਤਾਂ ਜਿਹੜੀਆਂ ਹੋ ਰਹੀਆਂ ਨੇ ਮੌਤਾਂ ਬਾਰੇ ਤੁਸੀਂ ਕੋਈ ਥੋੜਾ ਅਨਕਲਨ ਕੀਤਾ ਇਸ ਦਾ ਕੋਈ ਕੀ ਵਜ੍ਹਾ ਕੀ ਹੈ ਇਸ ਦੀ ਜਾਂ ਸਟੀਰੋਇਡਾ ਇਸ ਦੇ ਪਿੱਛੇ ਜਾਂ ਉਹ ਲੈ ਕਿਉਂ ਰਹੇ ਨੇ ਨਹੀਂ ਸਾਰੀਆਂ ਚੀਜ਼ਾਂ ਰੁਕ ਸਕਦੀਆਂ ਨੇ ਕਿਉਂਕਿ ਮੁੰਡੇ ਤਾਂ ਐਂਡ ਆਫ ਦਾ ਮੁੰਡੇ ਤਾਂ ਅਸੀਂ ਸੋਚਦੇ ਜਦੋਂ ਚੀਜ਼ਾਂ ਸਾਰੀਆਂ ਹੈਗੇ ਤਾਂ ਸਾਡੇ ਪੰਜਾਬ ਦੇ ਹੀ ਨੇ ਨਾ ਹੁਣ ਭਾਜੀ ਪੰਜਾਬ ਦੇ ਵਿੱਚ ਉਦਾਂ ਵੀ ਡੈਥ ਬਹੁਤ ਹੋ ਰਹੀਆਂ ਕੋ ਲੋਕਾਂ ਆ ਰਹੀਆਂ ਜਰੂਰੀ ਨਹੀਂ ਸਾਰੇ ਨਸ਼ਾ ਕਰਕੇ ਮਾਰਦੇ ਆ ਬੜਾ ਕਬੱਡੀ ਵਾਲੇ ਇੱਕ ਦਾ ਨਾਂ ਹੋ ਜਾਂਦਾ ਜਦੋਂ ਡੈਥ ਹੋ ਜਾਂਦੀ ਨਾ ਉਹਨੂੰ ਨਾਂ ਦੇ ਦਿੱਤਾ ਜਾਂਦਾ ਵੀ ਇਹ ਨਸ਼ਾ ਕਰਕੇ ਚਲ ਗਿਆ ਮਤਲਬ ਜਿਹੜੀ ਉਦਾਂ ਆਮ ਪਬਲਿਕ ਨਹੀਂ ਜਾਂਦੀ ਉਹਦੇ ਮਤਲਬ ਕਿ ਦੇ ਹੁਣ ਇੱਕ ਜਣਾ ਆ ਗੜੇ ਭਾਰਤ ਜੋੜੋ ਯਾਤਰਾ ਜਾਂਦੀ ਇੱਕ ਆਪਣੇ ਜਲੰਧਰ ਦਾ ਕੋਈ ਐਮਐਲਏ ਸੀ ਐਮਪੀ ਸੰਤੁਸ਼ ਚੋਧਰੀ ਐਮਪੀ ਸੀ ਦਾ ਉਹ ਜੋ ਤਰੇ ਜਾਂਦੇ ਦੀ ਡੈਥ ਹੋ ਗਈ ਉਹਨੇ ਕਿਹੜਾ ਕੋਈ ਨਸ਼ਾ ਕਰਕੇ ਹੋ ਗਿਆ ਉਹਦਾ ਉਦਾਂ ਹੀ ਕਹਿੰਦੇ ਹਾਰਟ ਅਟੈਕ ਹੋ ਗਿਆ ਜਦਾਂ ਜਦਾਂ ਵੀ ਕੁਝ ਵੀ ਹੋਇਆ ਉਹ ਐਵੇਂ ਪਾਜੀ ਕਬੱਡੀ ਨੂੰ ਜ਼ਿਆਦਾ ਬਦਨਾਮ ਕੀਤਾ ਜਾ ਰਿਹਾ ਹੁਣ ਕਬੱਡੀ ਦੇ ਪਲੇਅਰ ਵੀ ਕਿਹੜਾ ਹੁਣ ਕਿਹੋ ਜਿਹਾ ਆਕਸੀਜਨ ਚ ਕਿਸੇ ਦੀ ਡੈਥ ਹੋਈ ਜੋ ਕੋਈ ਨਸ਼ਾ ਕਰਦਾ ਉਹਦਾ ਹੁਣ ਜਿੰਨੀ ਰੱਬ ਨੇ ਭਾਈ ਜਿੰਨੀ ਲਿਖੀ ਹੁੰਦੀ ਆ ਐਵੇਂ ਬਦਨਾਮ ਜ਼ਿਆਦਾ ਕੀਤਾ ਜਾਂਦਾ ਸਟੀਰੋਇਡ ਜਿਹੜਾ ਬਾਡੀ ਬਿਲਡਿੰਗ ਵਾਲੇ ਲੈਂਦੇ ਆ ਇਸ ਤਰ੍ਹਾਂ ਦੀ ਹੈਗੀ ਜਾਣਕਾਰੀ ਕੋਈ ਮੀਆਂ ਨਹੀਂ ਕਿਸੇ ਨਾਲ ਕੋਈ ਇਦਾਂ ਦਾ ਰਾਬਤਾ ਨਹੀਂਗਾ ਉਹ ਭਾਜੀ ਅੱਜ ਕਾ ਨਾ ਜੀ ਮੈਂ ਤੁਹਾਨੂੰ ਸਟੀਅਰ ਰੋਡ ਦੀ ਵੀ ਗੱਲ ਦੱਸਦਾ ਉਹ ਬੂਲੇ ਬਣਾਣੇ ਹੋਣ ਕੋਈ ਉਹਦੇ ਵਾਸਤੇ ਕਹਿੰਦੇ ਲੈਂਦੇ ਆ ਮੁੰਡੇ ਖਰਾਕਾਂ ਇਸ ਤਰ੍ਹਾਂ ਦੀ ਮਿਹਨਤ ਘਟ ਜਾਂਦੀ ਹੈ ਹੋ ਸਕਦਾ ਕਈ ਲੈਂਦੇ ਹੋਣਗੇ ਸਾਰੇ ਨਹੀਂ ਜਦੋਂ ਕੋਈ ਪਲੇਅਰ ਉੱਠਿਆ ਵਾ ਉਹ ਨਵਾਂ ਹੀ ਕਹਿੰਦਾ ਵੀ ਮੈਂ ਰਾਤੋਂ ਰਾਤ ਸਟਾਰ ਬਣ ਜਾਵਾਂ ਉਹ ਨਹੀਂ ਬਣ ਹੁੰਦਾ ਭਾਜੀ ਉਹ ਕਹਿੰਦਾ ਉਹਦੇ ਮਨ 'ਚ ਇਹ ਆ ਵੀ ਮੈਂ ਕਿਹਨੀਆਂ ਸਟੀਅਰ ਰੋਡ ਕਾਰ ਲਵਾਂ ਕੋਈ ਨਸ਼ਾ ਪੱਤਾ ਕਰ ਲਵਾਂ ਉਹ ਭਾਜੀ ਮਿਹਨਤ ਆ ਦੇ ਉੱਪਰ ਵਾਲੇ ਦੀ ਨਿਗਾਸ ਬੱਲੀ ਹੋਣੀ ਚਾਹੀਦੀ ਹੈ ਫੇ ਪਲੇਅਰ ਬਣਦਾ ਰਾਤੋਂ ਰਾਤ ਨਹੀਂ ਸਟਾਰ ਬਣਿਆ ਜਾਂਦਾ ਉਹ ਜਿਹਨਾਂ ਨੇ ਮਨ ਚ ਵਹਿਮ ਹੈ ਉਹ ਲੈਂਦੇ ਆ ਫੇ ਮੜਕ ਸਾਲ ਕੇ ਚੱਲ ਕੇ ਮੜਕ ਡਿੱਗ ਪਿੰਦੇ ਵੱਤ ਵੱਤ 2 ਸਾਲ ਚੱਲ ਜੀਂਦੇ ਲੰਮਾ ਸਮਾਂ ਕਬੱਡੀ ਖੇਡਣੀ ਆ ਆਪਾਂ ਨੂੰ ਮਿਹਨਤ ਹੈਵ ਟੂ ਕਰਨੀ ਪੈਣੀ ਬੜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜ데요 ਬਾਈ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਵਾਸਤੇ ਤਾਂ ਕਬੱਡੀ ਦਾ ਵੱਡਾ ਖਿਡਾਰੀ ਯਾਦਾ ਸੁਰਖਪੁਰ ਔਰ ਇਹਨਾਂ ਦੇ ਛੋਟੇ ਭਾਈ ਨੇ ਯੋਧਾ ਸੁਰਖਪੁਰ ਦੋਹੇ ਸਾਡੇ ਨਾਲ ਸੀ ਇਹ ਪੂਰਾ ਉਹਨਾਂ ਦੇ ਪਿੰਡ ਦਾ ਗਰਾਉਂਡ ਆ ਔਰ ਸ਼ਹੀਦ ਭਗਤ ਸਿੰਘ ਸਪੋਰਟ ਸਟੇਡੀਅਮ ਸੁਰਖਪੁਰ ਬਣਿਆ ਹੋਇਆ ਜਿੱਥੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਦੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਆ ਔਰ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਉਮੀਦ ਕਰਦੇ ਆ ਤੁਹਾਨੂੰ ਇਹ ਗੱਲਬਾਤ ਪਸੰਦਾ ਹੀ ਹੋਏਗੀ ਬਹੁਤ ਸਾਰੀਆਂ ਗੱਲਾਂ ਨੂੰ ਲੈ ਕੇ ਇਹਨਾਂ ਨੇ ਅਪਰੀਸ਼ੀਏਟ ਵੀ ਕੀਤਾ ਤੇ ਕੁਝ ਗੱਲਾਂ ਨੂੰ ਲੈ ਕੇ ਨਿਰਾਸ਼ ਵੀ ਨੇ ਉਮੀਦ ਕਰਦੇ ਆ ਸਾਡੀ ਇਹ ਗੱਲਬਾਤ ਤੁਹਾਨੂੰ ਪਸੰਦ ਆਏਗੀ ਬਹੁਤ ਬਹੁਤ ਧੰਨਵਾਦ